ਤੁਸੀਂ ਦੇਖ ਰਹੇ ਹੋ ਆਪਸੀ ਸਾਇੰਸ ਟੀਵੀ ਤੇ ਹੁਣ ਤੱਕ ਦੀ ਤਾਜ਼ਾ ਅਪਡੇਟ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਜਗਵਿੰਦਰ ਸਿੰਘ ਤੇ ਐਸਐਚਓ ਪੁੰਛ ਵੱਲੋਂ ਕੀਤੇ ਗਏ ਤਸ਼ੱਦਦ ਤੇ ਹੋਏ ਨਵੇਂ ਖੁਲਾਸੇ। ਗੁਰਦੁਆਰਾ ਪ੍ਰਬੰਧਕ ਕਮੇਟੀ ਪੁੰਛ ਦੇ ਪ੍ਰਧਾਨ ਨਰਿੰਦਰ ਸਿੰਘ ਅਤੇ ਪੀੜਿਤ ਦੀ ਭੈਣ ਐਡਵੋਕੇਟ ਧੀਰਜ ਕੌਰ ਨਾਲ ਹੋਈ ਆਪਸੀ ਸਾਇੰਸ ਟੀਵੀ ਦੀ ਫੋਨ ਰਾਹੀਂ ਖਾਸ ਗੱਲਬਾਤ। ਨਾਲ ਹੀ ਨਾਲ ਐਸਐਚਓ ਪੁੰਛ ਸਿਟੀ ਰਣਜੀਤ ਰਾਓ ਨੇ ਵੀ ਆਪਸੀ ਸਾਇੰਸ ਟੀਵੀ ਦੇ ਨਾਲ ਕੀਤੀ ਗੱਲਬਾਤ। ਐਸਐਚਓ ਰਣਜੀਤ ਰਾਓ ਦੇ ਕਹਿਣ ਦੇ ਮੁਤਾਬਕ ਉਹ ਮੀਡੀਆ ਦੇ ਵਿੱਚ ਕੋਈ ਗੱਲ ਨਹੀਂ ਰੱਖਣਗੇ, ਸਾਰੇ ਤੱਥ ਜਿਹੜੇ ਹਨ ਉਹ ਕੋਰਟ ਦੇ ਸਾਹਮਣੇ ਪੇਸ਼ ਕਰਨਗੇ। ਇਸ ਤੋਂ ਇਲਾਵਾ ਜੋ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ, ਅਸੀਂ ਭੈਣ ਧੀਰਜ ਕੌਰ ਦੀ ਗੱਲਬਾਤ ਅਤੇ ਸਰਦਾਰ ਨਰਿੰਦਰ ਸਿੰਘ ਦੀ ਗੱਲਬਾਤ ਤੋਂ ਪਹਿਲਾਂ ਆਓ ਸੁਣਦੇ ਹਾਂ ਐਸਐਚਓ ਰਣਜੀਤ ਰਾਓ ਦੇ ਨਾਲ ਹੋਈ ਸਾਡੀ ਗੱਲਬਾਤ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਤੇਜਿੰਦਰਪਾਲ ਸਿੰਘ ਬੋਲ ਰਿਹਾ ਆਪਸੀ ਸਾਇੰਸ ਟੀਵੀ ਤੋਂ। ਤੁਹਾਡੇ ਨਾਲ ਕੱਲ ਵੀ ਗੱਲਬਾਤ ਹੋਈ ਸੀ। ਜੀ ਜੀ, ਤੁਸੀਂ ਮੈਨੂੰ ਇੱਕ ਆਡੀਓ ਕਲਿੱਪ ਭੇਜੀ ਸੀ। ਐਸਐਚਓ ਰਣਜੀਤ ਰਾਓ ਬੋਲ ਰਹੇ ਨਾ? ਜੀ ਜੀ, ਹਾਂ, ਤੁਸੀਂ ਮੈਨੂੰ ਆਡੀਓ ਕਲਿੱਪ ਭੇਜੀ ਸੀ ਜੀ ਪ੍ਰਧਾਨ ਨਰਿੰਦਰ ਸਿੰਘ ਹੋਰਾਂ ਦੀ। ਜੀ 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 ਜੀ, ਉਹਨਾਂ ਦੇ ਨਾਲ ਵੀ ਮੇਰੀ ਗੱਲਬਾਤ ਹੋ ਗਈ ਹੈ। ਠੀਕ ਸਰ, ਤੁਸੀਂ ਉਹਦੇ ਵਿੱਚ ਮੈਨੂੰ ਕਿਹਾ ਸੀ ਕਿ ਉਹਨਾਂ ਤੋਂ ਪੁੱਛੋ। ਜੀ ਜੀ, ਪਰ ਉਹਨਾਂ ਨੇ ਵੀ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਕਹੀ, ਉਹ ਵੀ ਆਪਣੀ ਗੱਲ ਰੱਖ ਰਹੇ ਨੇ। ਤੁਹਾਡਾ ਕੀ ਕਹਿਣਾ ਉਸ ਕੇਸ ਦੇ ਮਾਮਲੇ ਚ? ਦੇਖੋ ਭਾਈ ਜੀ, ਮੇਰੀ ਗੱਲ ਸੁਣੋ ਜੀ। ਸਾਡਾ ਇੱਕ ਗੌਰਮੈਂਟ ਆਫ ਜੰਮੂ ਐਂਡ ਕਸ਼ਮੀਰ ਜੀ ਜੀ ਯੂਟੀ ਨੇ ਇੱਕ ਸਰਕੂਲਰ ਜਾਰੀ ਕੀਤਾ ਦਾ ਹੈ ਜੀ ਸਰ। ਕੋਈ ਵੀ ਗੌਰਮੈਂਟ ਮੁਲਾਜ਼ਮ ਜਿਹੜਾ ਹੈ ਉਹ ਸੋਸ਼ਲ ਮੀਡੀਆ ਉੱਪਰ ਜਾਂ ਮੀਡੀਆ ਉੱਪਰ ਆਪਣੀ ਕੋਈ ਵੀ ਗੱਲ ਨਹੀਂ ਰੱਖੇਗਾ। ਠੀਕ ਹੈ ਸਰ, ਠੀਕ। ਮੈਂ ਮੀਡੀਆ ਉੱਪਰ ਕੋਈ ਗੱਲ ਨਹੀਂ ਰੱਖਣੀ ਹੈ। ਜਿਹੜੇ ਤੱਥ ਹਨ, ਜਿਹੜੇ ਸੱਚਾਈ ਹੈ, ਜਿਹੜੇ ਫੈਕਟਸ ਹਨ, ਉਹ ਮੈਂ ਕੋਰਟ ਵਿੱਚ ਪੇਸ਼ ਕਰਾਂਗਾ। ਸੀਨੀਅਰ ਅਫਸਰਾਂ ਨੂੰ ਇਨਕੁਆਇਰੀ ਕਰ ਰਹੇ ਨੇ, ਮੈਂ ਉਧਰ ਇਨਕੁਆਇਰੀ ਡਿਊਰਿੰਗ ਦਾ ਕੋਰਸ ਆਫ ਇਨਕੁਆਇਰੀ ਸਬਮਿਟ ਕਰਾਂਗਾ। ਬਿਲਕੁਲ ਬਿਲਕੁਲ, ਠੀਕ ਹੈ ਜੀ। ਅਲਬਤਾ ਇੱਕ ਚੀਜ਼ ਮੈਨੂੰ ਬੜੀ ਮਤਲਬ ਕਿ ਆਕਵਰਡ ਲੱਗੀ ਦੀ। ਦੇਖੋ, ਅੱਜ ਕੱਲ ਜਿਹੜਾ ਜ਼ਮਾਨਾ ਹੈ ਜੀ ਸਰ, ਨੌਜਵਾਨ ਤਬਕਾ ਜਿਹੜਾ ਹੈ ਉਹ ਸਾਡਾ ਵਿਗੜ ਰਿਹਾ, ਔਰ ਮੇਰਾ ਕੰਟਰੀਬਿਊਸ਼ਨ ਜਿਹੜਾ ਇਧਰ ਪੁੰਛ ਦੀ ਐਜ਼ ਏ ਟੈਨੋਰ ਮਾਈ ਐਸਐਚਓ ਐਜ਼ ਪੁੰਛ, ਜਿਨ੍ਹਾਂ ਵੇਲੇ ਤੁਸੀਂ ਇਧਰ ਕਿਸੇ ਕੋਲੋਂ ਵੀ ਪੁੱਛੋ, ਕਦੇ ਕੋਈ ਐਸਾ ਕੋਈ ਭੇਦਭਾਵ ਵਾਲਾ ਕੋਈ ਕੰਮ ਹੋਇਆ ਕਿ ਜਿਸ ਵਿੱਚ ਲੱਗੇ ਕਿ ਨਹੀਂ ਜੀ ਸਿੱਖਾਂ ਦੇ ਖਿਲਾਫ ਹੈ, ਹਿੰਦੂ ਦੇ ਖਿਲਾਫ ਹੈ, ਮੁਸਲਿਮ ਦੇ ਖਿਲਾਫ ਹੈ, ਜਾਂ ਈਸਾਈਆਂ ਦੇ ਖਿਲਾਫ? ਐਸਾ ਤੇ ਕੋਈ ਮਸਲਾ ਹੀ ਨਹੀਂ ਹੈ, ਹਿੰਦੂ ਸਿੱਖ ਵਾਲਾ ਫਿਲਹਾਲ ਕੋਈ ਮਸਲਾ ਨਹੀਂ ਹੈ। ਇੱਕ ਇਤਨੀ ਗਲਤ ਗੱਲ ਕਰਕੇ ਫੋਨ ਉੱਪਰ ਕਿ ਨਹੀਂ ਜੀ ਮੈਨੂੰ ਲੱਗਦਾ ਇਹ ਸਿੱਖਾਂ ਦੇ ਖਿਲਾਫ ਹੈ, ਉਸ ਚੀਜ਼ ਨੂੰ ਇਤਨਾ ਐਕਸਪਲੋਇਟ ਕੀਤਾ ਜਾ ਰਿਹਾ। ਤੁਸੀਂ ਸਿਰਫ ਸੁਣੋ ਮੇਰੀ ਗੱਲ, ਇਤਨਾ ਕ੍ਰਿਮੀਨਲ ਐਂਗਲ ਦਿੱਤਾ ਜਾ ਰਿਹਾ ਸੋਸ਼ਲ ਮੀਡੀਆ ਉੱਪਰ। ਮੈਂ ਤਾਂ ਕਮੈਂਟ ਦੇਖਣਾ ਨਹੀਂ, ਮੇਰੇ ਦੋਸਤ ਮੈਨੂੰ ਸਕਰੀਨ ਸ਼ਾਟਾਂ ਭੇਜ ਰਹੇ ਨੇ, ਇਹ ਦੇਖ ਬਾਈ ਤੇਰੇ ਲਈ ਗਾਲੀ ਦੇ ਰਹੇ, ਬੋਲ ਰਹੇ ਕਿ ਹਾਂਜੀ ਸਿੱਖੋ ਗੁਲਾਬ ਯੇ ਵੋ। ਮੈਨੇ ਕਿਹਾ ਯਾਰ ਜੋ ਲਿਖਣੇ ਵਾਲੇ ਮਹਾ ਬੇਵਕੂਫ ਹੈ, ਜਬ ਚੀਜ਼ੋਂ ਕਾ ਮੈਨੇ ਕਿਹਾ ਪਤਾ ਹੀ ਨਹੀਂ ਹੈ, ਕੋਈ ਦੁਨੀਆਦਾਰੀ ਕਾ ਪਤਾ ਹੀ ਨਹੀਂ। ਅਗਰ ਇਤਨਾ ਚੀਜ਼, ਅਗਰ ਇਤਨਾ ਕੋਈ ਜ਼ਾਲਮ ਐਸਐਚਓ ਹੋਤਾ, ਜ਼ੁਲਮ ਢਾਤਾ, ਤੋ ਕਿਆ ਪੁੰਛ ਮੇ ਦੁਨੀਆ ਨਹੀਂ ਰਹਿਤੀ? ਯਹਾਂ ਕੋਈ ਲੋਕ ਪੜ੍ਹੇ ਲਿਖੇ ਨਹੀਂ ਹੈ? ਯਹਾਂ ਪਰਸਨਟੀ ਸਕੋਰ ਨੇ, ਅਗਰ ਦਿੱਲੀ ਮੇ ਪੂਰੇ ਯੂਪੀਐਸਸੀ ਮੇ 11ਵਾਂ ਰੈਂਕ ਅਗਰ ਹਾਸਲ ਕੀਆ, ਯਹਾਂ ਲੋਕ ਅਨਪੜ੍ਹ ਹੈ ਕਿਆ? ਬੋਲੀ ਚੀਜ਼ੋਂ ਕੋ ਸਮਝਤੇ ਨਹੀਂ ਹੈ ਕਿਆ? ਨਹੀਂ, ਮੈਂ ਸਿਰਫ ਇਸੇ ਕਰਕੇ ਤੁਹਾਡੇ ਤੋਂ ਕਲੈਰੀਫਿਕੇਸ਼ਨ ਲੈਣਾ ਚਾਹੁੰਦਾ ਸੀ। ਕਿਆ ਉਸ ਦੇ ਉੱਪਰ ਜਿਹੜਾ ਟਾਰਚਰ ਹੋਇਆ ਹੈ ਉਹ ਟਾਰਚਰ ਹੋਇਆ ਹੈ ਜਾਂ ਨਹੀਂ ਹੋਇਆ ਹੈ? ਸੁਣੋ ਮੇਰੀ ਗੱਲ, ਤੁਹਾਡੇ ਥਾਣੇ ਦੇ ਅੰਦਰ ਹੋਇਆ ਹੈ ਉਹਦੇ ਉੱਪਰ ਟਾਰਚਰ ਜਾਂ ਨਹੀਂ ਹੋਇਆ? ਸਿਰਫ ਇਤਨੀ ਗੱਲ ਦੱਸ ਦੋ ਸਾਨੂੰ। ਮੇਰੀ ਗੱਲ ਸੁਣੋ ਜੀ ਜੀ, ਅਗਰ ਜਨਾਬ ਲਈ ਇਤਨਾ ਜ਼ੁਲਮ ਹੋਏ, ਇਤਨਾ ਜਨਾਬ ਅਤਿਆਚਾਰ ਹੋਏ, ਕਿਆ ਲੋਕ ਇਧਰ ਜਨਾਬ ਚੁੱਪ ਕਿਉਂ ਬੈਠਣਗੇ? ਉਹ ਆਵਾਜ਼ ਨਹੀਂ ਬੁਲੰਦ ਕਰਨਗੇ ਆਪਣੀ? ਨਹੀਂ, ਮਤਲਬ ਅਗਰ ਜਿਸ ਤਰੀਕੇ ਦੇ ਨਾਲ ਉਹ ਵੀਡੀਓਜ਼ ਦੇ ਵਿੱਚ ਉਹਦੇ ਸਰੀਰ ਦੇ ਉੱਪਰ ਪੂਰੇ ਨਿਸ਼ਾਨ ਹਨ, ਕਿਆ ਉਹ ਨਿਸ਼ਾਨ ਗਲਤ ਹਨ? ਜਾਂ ਸੁਣੋ ਜਨਾਬ, ਸੁਣੋ ਮੇਰੀ ਗੱਲ, ਮੈਂ ਵੀ ਆਪਣੀ ਪਿੱਠ ਨੂੰ ਇਸ ਵੇਲੇ ਜਨਾਬ ਕੋਈ ਨਿਸ਼ਾਨ ਲਾ ਕੇ ਵੀਡੀਓ ਭੇਜ ਦੇਣਾ? ਨਹੀਂ, ਉਹ ਪਿੱਠ ਨੂੰ ਇਸ ਤਰ੍ਹਾਂ ਦੇ ਨਿਸ਼ਾਨ ਨਹੀਂ ਹੈ। ਤੁਸੀਂ ਨਿਸ਼ਾਨ ਦੇਖੇ ਹੋਣਗੇ, ਮੈਡੀਕਲ MLC ਵੀ ਹੋਈ ਹੋਣੀ ਹੈ ਬੱਚੇ ਦੀ। ਵਨ ਸਾਈਡਡ ਖਬਰ ਚਲਾਣੀ, ਮੈਂ ਆਪਣੀ ਪਿੱਠ ਨੂੰ ਨਿਸ਼ਾਨ ਲਾ ਕੇ ਫੋਟੋ ਭੇਜ ਦੇਣਾ ਤੁਹਾਨੂੰ? ਸਰ, ਮੈਂ ਇਸੇ ਕਰਕੇ ਅਸੀਂ ਤੁਹਾਨੂੰ ਵੀ ਕਾਲ ਕੀਤੀ ਹੈ, ਤੁਹਾਡਾ ਓਪੀਨੀਅਨ ਜਾਣਨਾ ਚਾਹੁੰਦੇ ਹਾਂ। ਸੁਣੋ ਮੇਰੀ ਗੱਲ, ਮੈਂ ਜਰਨਲ ਇੱਕ ਐਜ਼ ਏ ਬ੍ਰਦਰ ਗੱਲ ਕਰ ਰਿਹਾ, ਤੁਸੀਂ ਕੋਈ ਲਾਈਵ ਨਹੀਂ ਚਲਾਇਆ। ਸੁਣੋ ਮੇਰੀ ਗੱਲ ਜੀ ਜੀ, ਮੈਂ ਆਪਣੇ ਨਿਸ਼ਾਨ ਲਾ ਕੇ ਭੇਜ ਦੇਣਾ ਜਨਾਬ, ਵੀਡੀਓ ਬਣਾ ਕੇ ਮੀਡੀਆ ਵਿੱਚ, ਇਹ ਦੇਖੋ ਜਨਾਬ ਮੈਨੂੰ ਫਲਾਣੇ ਬੰਦੇ ਨੇ ਮਾਰ ਦਿੱਤਾ। ਤੁਹਾਡੇ ਕੋਲ ਕਿਹੜਾ ਪ੍ਰੂਫ ਹੈ ਜਨਾਬ ਕਿ ਵਾਕਿਆ ਉਸ ਬੰਦੇ ਨੇ ਮਾਰਿਆ? ਨਹੀਂ, ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਉਸਨੇ ਬਾਅਦ ਵਿੱਚ ਨਿਸ਼ਾਨ ਲਗਾਏ ਨਾ ਆਪਣੇ ਸਰੀਰ ਤੇ? ਹਾਂ, ਤੁਸੀਂ ਗੱਲ, ਨਿਸ਼ਾਨ ਲੱਗੇ, ਸੁਣੋ ਮੇਰੀ ਗੱਲ, 10 ਬੰਦੇ ਇਸ ਦੇ ਇਲਾਵਾ ਹੋਰ ਉਸ ਦਿਨ ਜ਼ਖਮੀ ਹੋਏ ਦੇ ਹਨ। ਦੋ ਗੁੱਟਾਂ ਦਾ ਕਲੈਸ਼ ਹੋ ਰਿਹਾ ਥਾ, ਮੁਸਲਮਾਨਾਂ ਦੇ ਸਿੱਖਾਂ ਦੀ ਲੜਾਈ ਹੋ ਰਹੀ ਸੀ ਜਨਾਬ, ਉਧਰ ਪਥਰਾਓ ਚੱਲ ਰਿਹਾ ਥਾ, ਡੰਡੇ ਨਿਕਲੇ ਤੇ ਤਲਵਾਰਾਂ ਨਿਕਲੀ ਸੀ। ਉਹ ਕਿੰਨੇ ਵਜੇ ਦੀ ਗੱਲ ਹੈ ਜਿਹੜੇ ਜਿਸ ਵੇਲੇ ਲੜਾਈ ਚੱਲੀ, ਉਹ ਕਿੰਨੇ ਵਜੇ ਦੀ ਗੱਲ ਹੈ? ਸੁਣੋ ਮੇਰੀ ਗੱਲ, ਕਿੰਨੇ ਵਜੇ ਦੀ ਗੱਲ ਹੈ ਉਸ ਦਿਨ? ਗੱਲ ਸੁਣੋ, 8:30 ਵਜੇ ਦੀ ਗੱਲ, 8:30। ਇਸ ਬੱਚੇ ਨੂੰ ਤੁਸੀਂ ਕਿੰਨੇ ਵਜੇ ਗ੍ਰਿਫਤਾਰ ਕੀਤਾ? ਓ ਜਨਾਬ ਮੇਰੀ ਗੱਲ ਸੁਣੋ ਨਾ ਤੁਸੀਂ, ਉਧਰ ਜਨਾਬ 10 ਬੰਦੇ ਹੋਰ ਜ਼ਖਮੀ ਹੋਏ। ਨਹੀਂ, ਇਸ ਬੱਚੇ ਨੂੰ ਤੁਸੀਂ ਕਿੰਨੇ ਵਜੇ ਪਕੜਿਆ, ਤੁਸੀਂ ਇਹ ਦੱਸੋ। ਸੁਣੋ ਨਾ,
ਸੁਣੋ 10 ਬੰਦੇ ਉਧਰ ਹੋਰ ਜ਼ਖਮੀ ਹੋਏ ਅੱਛਾ ਜਿੰਨਾ ਵੇਲੇ ਅਗਰ ਪੁਲਿਸ ਟਾਈਮਲੀ ਉਧਰ ਇੰਟਰਵੈਨ ਨਹੀਂ ਕਰਦੀ ਅਗਰ ਉਹਨੂੰ ਡਿਸਪਰਸ ਨਹੀਂ ਕਰਦੀ ਉਹ ਤੁਹਾਡਾ ਇੱਕ ਅੱਛਾ ਕੰਮ ਸੀ ਉਸ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਸ ਨੂੰ ਸਰ ਆਪਸੀ ਸਾਈ ਟੀਵੀ ਵੀ ਐਪਰੀਸ਼ੀਏਟ ਕਰਦਾ ਕਿ ਤੁਸੀਂ ਲਾ ਐਂਡ ਆਰਡਰ ਨੂੰ ਰੋਕਿਆ ਬਟ ਮੇਰਾ ਸਵਾਲ ਇਹ ਹੈ ਕਿ ਬੱਚਾ ਕਿਤਨੇ ਵਜੇ ਤੁਸੀਂ ਪਕੜਿਆ ਮੇਰੀ ਗੱਲ ਸੁਣੋ ਨਾ ਸਿਵਲ ਸੋਸਾਇਟੀ ਇਧਰ ਇਤਨੀ ਐਪਰੀਸ਼ੀਏਸ਼ਨ ਕਰ ਰਹੀ ਕਿ ਭਾਈ ਈਵਨ ਕਿ ਉਸ ਦੇ ਬਾਅਦ ਵੀ ਅਸਾਂ ਕੀਪਿੰਗ ਇਨ ਵਿਊ ਦਾ ਗ੍ਰੈਵਿਟੀ ਆਫ ਦਾ ਕ੍ਰਾਈਮ ਔਰ ਉਹਦੀ ਮਤਲਬ ਕਿ ਅੱਗੇ ਸੈਂਸਿਟਿਵਿਟੀ ਕਿ ਭਾਈ ਇਸ ਮਸਲੇ ਮੇਂ ਅਗਰ ਹਮ ਕੇਸ ਰਜਿਸਟਰ ਕਰਾਂਗੇ ਬਿਲਕੁਲ ਤੁਸੀਂ ਬਹੁਤ ਵਧੀਆ ਕੀਤਾ ਨੋ ਡਾਊਟ ਤੁਸੀਂ ਬਹੁਤ ਅੱਛਾ ਕੀਤਾ ਬਟ ਮੇਰਾ ਸਵਾਲ ਫਿਰ ਉੱਥੇ ਦਾ ਉੱਥੇ ਹੀ ਹੈ ਕਿ ਇਸ ਨੂੰ ਤੁਸੀਂ ਕਿਤਨੇ ਵਜੇ ਅਰੈਸਟ ਕੀਤਾ ਸੀ ਸੁਣੋ ਮੇਰੀ ਗੱਲ ਰੰਜਸ਼ ਜਨਾਬੇਲੀ ਇਹਦੀ ਵੱਧ ਜਾਣੀ ਸੀ ਇਹਦੇ ਲੜਾਈ ਝਗੜੇ ਹੋ ਜਾਣੇ ਤੇ ਫਿਰ ਇਸ ਮੁੰਡੇ ਨੇ ਜਿਸ ਵੇਲੇ ਉਧਰ ਬਦਤਮੀਜ਼ੀ ਕੀਤੀ ਇਸ ਨੂੰ ਉਧਰ ਬਦਤਮੀਜ਼ੀ ਤੁਹਾਡੇ ਨਾਲ ਕੀਤੀ ਆਲਰੇਡੀ ਜਿਹੜੀ ਤਾਂ ਲੜਾਈ ਵਿੱਚ ਇਸ ਨੂੰ ਵੀ ਲੱਗੀ ਬਦਤਮੀਜ਼ੀ ਇਸ ਲੜਕੇ ਨੇ ਤੁਹਾਡੇ ਨਾਲ ਕੀਤੀ ਹੈ ਜਾਂ ਕਿਸੇ ਹੋਰ ਨਾਲ ਲੜਾਈ ਝਗੜੇ ਵਿੱਚ ਜਨਾਬ ਇਸ ਨੂੰ ਲੱਗੀ ਸੀ ਦੱਸ ਉਹਨਾਂ ਨੂੰ ਸਰ ਲੜਾਈ ਝਗੜਾ 10 ਵਜੇ ਹੋਇਆ ਹੈ ਬੱਚੇ ਨੂੰ ਤੁਸੀਂ ਕਿਤਨੇ ਵਜੇ ਗ੍ਰਿਫਤਾਰ ਕੀਤਾ ਹੈ ਮੇਰੀ ਗੱਲ ਸੁਣੋ ਜਨਾਬ ਇਹ ਵੀ ਜ਼ਖਮੀ ਉਧਰ ਹੋਇਆ ਜ਼ਖਮੀ ਹੋਣ ਦੇ ਬਾਅਦ ਜਨਾਬੇ ਲਈ ਜਿਸ ਵੇਲੇ ਜ਼ਖਮੀ ਹੋਇਆ ਤਾਂ ਸਾਨੂੰ ਮਤਲਬ ਕਿ ਉਧਰ ਕਤਲ ਥੋੜੀ ਕਰਵਾਉਣੇ ਤੇ ਅਸਾਂ ਪ੍ਰੀਵੈਂਟਿਵ ਮੇਜਰ ਵਿੱਚ ਇਸ ਨੂੰ ਥਾਣੇ ਲਿਆਇਆ ਮੈਂ ਬਿਲਕੁਲ ਤੁਸੀਂ ਪ੍ਰੀਵੈਂਟਿਵ ਮੇਜਰ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਚੁੱਕਿਆ ਹੱਥੋਂ ਪੱਤੀ ਖਿੱਚੋ ਖਿੱਚੀ ਕਰਕੇ ਤੁਸੀਂ ਜੀ ਜੀ ਸਰ ਹਾਂਜੀ ਮੈਂ ਭੈਣ ਜੀ ਤੇਜਿੰਦਰਪਾਲ ਸਿੰਘ ਬੋਲ ਰਿਹਾ ਆਪਸੀ ਸਾਂਝ ਨਿਊਜ਼ ਮੀਡੀਆ ਤੋਂ ਜੀ ਜੀ ਭੈਣ ਜੀ ਸਰਦਾਰ ਜਗਵਿੰਦਰ ਸਿੰਘ ਜੀ ਜਿਨ੍ਹਾਂ ਦੇ ਨਾਲ SHO ਪੁਲਿਸ ਸਟੇਸ਼ਨ ਜਿਹੜਾ ਪੁੰਛ ਸਿਟੀ ਹੈ ਉਹਨਾਂ ਨੇ ਜੋ ਤਸ਼ੱਦਦ ਕੀਤਾ ਸੀ ਤੁਸੀਂ ਉਹਨਾਂ ਦੇ ਭੈਣ ਜੀ ਬੋਲ ਰਹੇ ਹੋ ਨਾ ਜੀ ਜੀ ਸਰ ਮੈਂ ਐਡਵੋਕੇਟ ਧੀਰਜ ਕੌਰ ਬੋਲਦੀ ਪਈ ਹਾਂ ਜੀ 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 ਭੈਣ ਜੀ ਅੱਛਾ ਸਭ ਤੋਂ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਆਪਸੀ ਸਾਂਝ ਟੀਵੀ ਤੇ ਤੁਹਾਡੇ ਨਾਲ ਇੱਕ ਗੱਲ ਪੁੱਛਣੀ ਸੀ ਅਸੀਂ ਸਰਦਾਰ ਨਰਿੰਦਰ ਸਿੰਘ ਜੀ ਸਾਡੀ ਪਹਿਲੇ SHO ਰਾਓ ਦੇ ਨਾਲ ਗੱਲ ਹੋਈ ਸੀ ਕੱਲ ਤੇ ਉਹਨਾਂ ਨੇ ਸਾਨੂੰ ਇੱਕ ਆਡੀਓ ਕਲਿੱਪ ਭੇਜਿਆ ਸੀ ਉਹ ਸਰਦਾਰ ਨਰਿੰਦਰ ਸਿੰਘ ਜੀ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਪੁੰਛ ਦੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਨਾ ਗੱਲ ਕਰੋ ਇਹਨਾਂ ਦੇ ਨਾਲ ਗੱਲ ਕਰੋ ਇਹਨਾਂ ਦੇ ਕੋਲ ਸਾਰਾ ਮਸਲਾ ਹੈ ਤੇ ਸਾਡੀ ਫਿਰ ਨਰਿੰਦਰ ਸਿੰਘ ਜੀ ਉਹਨਾਂ ਦੇ ਨਾਲ ਗੱਲ ਹੋਈ ਉਹਨਾਂ ਨੇ ਸਾਰੀ ਵਾਰਦਾਤ ਸਾਨੂੰ ਦੱਸੀ ਕਿ ਉਹ ਉਸ ਵੇਲੇ ਪੁਲਿਸ ਸਟੇਸ਼ਨ ਦੇ ਵਿੱਚ ਸਨ ਤੇ ਉਹਨਾਂ ਨੇ ਵਿੱਚ ਆਪਣੀ ਗੱਲਬਾਤ ਦੇ ਵਿੱਚ ਕਿਹਾ ਕਿ ਉਹਨਾਂ ਦੀ ਤੁਹਾਡੇ ਨਾਲ ਕੋਈ ਫੋਨ ਤੇ ਗੱਲਬਾਤ ਹੋਈ ਸੀ ਤੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਸੀ ਔਰ ਤੁਹਾਡੇ ਕੀ ਤੁਸੀਂ ਉਹਨਾਂ ਨੂੰ ਕਿਹਾ ਸੀ ਤੇ ਉਹਨਾਂ ਨੇ ਤੁਹਾਨੂੰ ਕਿਹਾ ਸੀ ਥੋੜਾ ਦੱਸੋਗੇ ਪਲੀਜ਼ ਜੀ ਸਰ ਤੁਸੀਂ ਮੈਨੂੰ ਥੋੜਾ ਸਾਰਾ ਮੈਟਰ ਪੂਰਾ ਬਰੀਫ ਕਰਨ ਦਿਓਗੇ ਜਗਵਿੰਦਰ ਸਿੰਘ ਜਿਹੜਾ ਮੇਰਾ ਬ੍ਰਦਰ ਹੈ ਉਹ ਉੱਥੇ ਨਹੀਂ ਸੀ ਮੈਂ ਉਸ ਮੁਹੱਲੇ ਵਿੱਚ ਨਹੀਂ ਰਹਿੰਦੀ ਹਾਂ ਮੈਂ ਦੂਸਰੇ ਵਾਰਡ ਨੰਬਰ 7 ਵਿੱਚ ਰਹਿੰਦੀ ਹਾਂ ਜੀ ਮੀਨਵਾਈਲ ਉੱਥੋਂ 8:30 ਵਜੇ ਲੜਾਈ ਹੋਈ ਜਿਸ ਵਿੱਚ ਦੋ ਪਾਰਟੀ ਇਨਵੋਲਵ ਸਨ ਇੱਕ ਮੁਸਲਿਮ ਪਾਰਟੀ ਸੀ ਇੱਕ ਸਿੱਖ ਪਾਰਟੀ ਸੀ ਜਿਸ ਲਈ ਇਹ ਕਮਨਲ ਵਾਇਲੈਂਸ ਹੋਇਆ ਤੇ ਇਹ ਸਾਡੇ ਪ੍ਰਧਾਨ ਵਗੈਰਾ ਇਹ ਸਾਰੇ ਇਹਨਾਂ ਵਿੱਚੋਂ ਸੁਰਜਨ ਸਿੰਘ ਜੀ ਉੱਥੇ ਚਲੇ ਗਏ ਮੌਕੇ ਪਰ ਮੇਰਾ ਬ੍ਰਦਰ 10 ਵਜੇ ਜਿਲ੍ਹੇ ਆਇਆ ਵਾਪਸ ਉਸ ਟਾਈਮ ਇਹ ਸਾਰਾ ਮਸਲਾ ਜਿਹੜਾ ਸੈੱਟ ਹੋ ਗਿਆ ਸੀ ਮਤਲਬ ਹੱਲ ਹੋ ਚੁੱਕਿਆ ਸੀ ਪੁਲਿਸ ਨੇ ਸਾਰੀ ਸਿਚੁਏਸ਼ਨ ਕਾਬੂ ਕਰ ਲਈ ਸੀ ਪਰ ਮੌਬ ਜਿਹੜੀ ਹੈ ਉਹ 200 ਜਿਹੜੀ ਉੱਥੇ ਇਕੱਠਾ ਸੀ 150-200 ਬੰਦਾ ਉਸਨੂੰ ਸਕੈਟਰ ਕਰਨਾ ਜ਼ਰੂਰੀ ਸੀ ਤੇ ਉੱਥੋਂ ਪਹਿਲੇ DSP ਸਾਹਿਬ ਨਿਕਲੇ ਫਿਰ ਉਸ ਤੋਂ ਬਾਅਦ SHO ਆਇਆ ਇਹ ਮੇਰੇ ਬ੍ਰਦਰ ਦੀ ਸਕੂਟੀ ਰਸਤੇ ਵਿੱਚ ਸੀ ਬਿਕੋਜ਼ ਅਸੀਂ ਉਸੇ ਰਸਤੇ ਤੋਂ ਉੱਪਰ ਜਾਣਾ ਹੈ ਸਾਡਾ ਘਰ ਅੱਗੇ ਤੇ SHO ਨੇ ਇਸ ਨੂੰ ਧੱਕਾ ਮਾਰਿਆ ਇਸਨੇ ਸਿਰਫ ਇਤਨੀ ਗੱਲ ਕਹੀ ਕਿ ਸਰ ਮੈਨੂੰ ਧੱਕਾ ਨੀ ਮਾਰੋ ਮੈਂ ਵੀ ਤੁਹਾਡਾ ਪੁਲਿਸ ਦਾ ਮੁਲਾਜ਼ਮ ਹਾਂ ਔਰ ਇਹ ਚੀਜ਼ ਸਾਨੂੰ ਪਹਿਲੇ ਕਲੀਅਰ ਨਹੀਂ ਸੀ ਪਰ ਜਿਸਲੇ ਉਹ ਵੀਡੀਓ ਸਾਡੇ ਕੋਲ ਆਈ ਕਿ ਐਕਚੁਅਲੀ ਉੱਥੇ ਕੀ ਹੋਇਆ ਤੇ ਤਾਂ ਜਾ ਕੇ ਸਾਰਾ ਮਸਲਾ ਕਲੀਅਰ ਹੋਇਆ ਕਿ ਇਸਨੇ ਕੋਈ ਬਦਤਮੀਜ਼ੀ SHO ਨਾਲ ਨਹੀਂ ਕੀਤੀ ਹੈ ਉਸ ਵੀਡੀਓ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਠੀਕ ਹੈ ਸੈਕਿੰਡ ਜਿਸ ਲਈ ਇਸਨੂੰ ਚੁੱਕ ਕੇ ਲੈ ਗਏ ਤੇ ਮੈਨੂੰ ਉੱਥੇ ਮੌਬ ਵਿੱਚ ਇੱਕ ਲੇਡੀ ਹੈ ਤੁਸੀਂ ਦੇਖਿਆ ਹੋਏਗਾ ਵਿੱਚ ਜਿਹੜੀ ਇਸਨੂੰ ਪਿੱਛੇ ਕਰ ਰਹੀ ਹੈ ਠੀਕ ਹੈ ਉਸ ਲੇਡੀ ਨੇ ਮੈਨੂੰ ਫੋਨ ਕੀਤਾ ਉਹ ਹੈਡ ਅਸਿਸਟੈਂਟ ਫੋਰੈਸਟ ਡਿਪਾਰਟਮੈਂਟ ਹੈ ਉਹਨਾਂ ਨੇ ਕੀਤਾ ਫੋਨ ਕਿ ਤੁਹਾਡੇ ਬ੍ਰਦਰ ਨੂੰ ਪੁਲਿਸ ਬਿਨਾਂ ਮਤਲਬ ਤੂੰ ਚੁੱਕ ਕੇ ਲੈ ਗਈ ਹੈ ਤੇ ਤੁਸੀਂ SHO ਨੂੰ ਫੋਨ ਕਰੋਗੇ ਉਸਨੂੰ ਕਿਉਂ ਚੁੱਕਿਆ ਮੈਂ ਸਭ ਤੋਂ ਪਹਿਲੇ ਆਪਸ਼ਨ ਐਕਸਰਸਾਈਜ਼ ਕੀਤਾ ਕਿ ਮੈਂ SHO ਨੂੰ ਕਾਲ ਕੀਤੀ ਲੇਕਿਨ SHO ਨੇ ਫੋਨ ਚੁੱਕਿਆ ਨਹੀਂ ਠੀਕ ਹੈ ਜੀ ਫਿਰ ਮੈਂ ਉਸ ਤੋਂ ਬਾਅਦ ਜਿਹੜਾ ਮੁਨਸ਼ੀ ਹੈ ਥਾਣੇ ਦਾ ਉਹਨਾਂ ਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਮੇਰੇ ਬ੍ਰਦਰ ਨੂੰ ਪੁਲਿਸ ਬਿਨਾਂ ਮਤਲਬ ਤੂੰ ਚੁੱਕ ਕੇ ਲੈ ਗਈ ਦੀ ਹੈ ਉਸਦੀ ਕੋਈ ਗਲਤੀ ਨਹੀਂ ਹੈ ਤੇ ਤੁਸੀਂ SHO ਨੂੰ ਬੋਲੋ ਕਿ ਉਸਨੂੰ ਛੋੜ ਦੇ ਠੀਕ ਹੈ ਜੀ ਮੁਨਸ਼ੀ ਜੀ ਨੇ ਕਿਹਾ ਕਿ ਮੈਨੂੰ ਬੁਖਾਰ ਹੈ ਮੈਡਮ ਜੀ ਮੈਂ ਘਰ ਹਾਂ ਮੈਂ ਉੱਥੇ ਨਹੀਂ ਹਾਂ ਥਾਣੇ ਵਿੱਚ ਇਸ ਵਾਸਤੇ ਮੈਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦਾ ਜੀ ਮੀਨਵਾਈਲ ਮੈਨੂੰ ਇਹ ਪਤਾ ਚੱਲਿਆ ਕਿ ਸਾਡੇ ਮੁਹੱਲੇ ਵਿੱਚ XMLC ਪ੍ਰਦੀਪ ਸ਼ਰਮਾ ਜੀ ਰਹਿੰਦੇ ਜੀ ਜੀ ਉਹ ਜਿਹੜੇ ਨਾ ਬਿਲਕੁਲ ਨਾਲ ਨਾਲ ਹੀ ਮੇਰੇ ਬ੍ਰਦਰ ਦੇ ਫੋਨ ਤੇ ਚਲੇ ਗਏ ਕਿ ਜੀ ਕਿ ਮੈਨੂੰ ਚੁੱਕ ਕੇ ਲੈ ਗਏ ਵੀਰ ਜੀ ਬਿਨਾਂ ਮਤਲਬ ਤੇ ਤੁਸੀਂ ਆਓ ਠੀਕ ਹੈ ਜੀ ਤੇ ਉਹ XMLC ਪ੍ਰਦੀਪ ਸ਼ਰਮਾ ਬਿਲਕੁਲ ਸਾਡੇ ਘਰ ਦੇ ਸਾਹਮਣੇ ਹਨ ਔਰ ਬਿਲਕੁਲ ਜਸਟ ਲਾਈਕ ਬ੍ਰਦਰ ਹਨ ਤੇ ਉਹ ਜਿਹੜੇ ਹਨ ਉਹ ਉਸੇ ਟਾਈਮ ਪੁੱਜ ਗਏ
मेरी उन्हां नाल गल हुई, उन्होंने प्रदीप भैया ने कहा कि तुसी फिकर नहीं करो, मैं इसनूं नाल लैके आऊंगा, इस तरह मैं नहीं आऊंगा क्योंकि इसकी गलती कोई नहीं है। ठीक है जी। मेरे जिले बाद मुंशी उथे पुजिया, मुंशी ने मेरी एसएचओ नाल अपने फोन तू गल कराई। एसएचओ नूं मैं पूछा कि सर क्या मसला हो गया, एसएचओ ने कहा जी तुहाडे ब्रदर ने शराब पीती दी है और इसने मेरे डीएसपी नाल बदतमीजी की और इसने मेरे नाल बदतमीजी की। ठीक है। मेरे एसएचओ नूं एक गल कही कि अगर इससे कोई गलती हो गई है सर तो आप इसको 2-4 थप्पड़ लगा सकते हो, लेकिन ये आज ही यहाँ ज्वाइनिंग करके आया है तो ये आप प्लीज इसको बिना मतलब हरास मत करना। ठीक है। और इसको ये अरेस्ट वरेस्ट नहीं करना क्योंकि आपने इसको बिना मतलब इसकी कोई गलती नहीं है। उसने कहा जी इसने बदतमीजी की थी। मीन वाइल मेनू पता चलिया कि नरेंद्र सिंह जी उत्थे बैठे थे उस कम्युनल वायलेंस के मसले में जेड़ा कि साडे मल्ले विच होया। बिल्कुल। नरेंद्र सिंह जी ने उत्थे ना कोई बंदा अरेस्ट होने दिता, ना कोई FIR लगन दी उस मसले की, जिस मसले विच SHO एक्चुअली गया था सी साडे मल्ले। ठीक है जी। ना कोई FIR लगन दी, ना कोई उत्थे बंदा अरेस्ट होया उस मसले विच, ना कोई किसी नूं टॉर्चर किया गया। इस नूं जिहड़े चुकिया ते नरेंद्र प्रधान जी नूं मैं फोन किया, ओह वी किसी दे फोन तों गल कीती, उन्हां दे फोन पर नहीं किया। अच्छा, तुसी उन्हां दे फोन ते डायरेक्ट कॉल नहीं कीती हुई? नहीं कीती, मैं कीता किसी दे फोन ते कि मेरी प्रधान साहब नूं मैं 2 मिनट गल कराओ। ठीक है जी। प्रधान साहब ने कहा जी मैं इत्थे ही बैठा दा। ठीक है। मैं प्रधान साहब नूं कहा सर कि मेरा ब्रदर जिहड़ा है ओह श्रीनगर ड्यूटी पर सी, ओह हुणे ही अज ही ज्वाइनिंग पा के घर आया, इसकी कोई गलती नहीं है, इस नूं प्लीज उत्थों तुसी छुड़ा के लिआओ। क्या तुसी प्रधान साहब जेड़े नरेंद्र सिंह उन्हां नूं इह गल कही सी कि साडे बच्चे ने शराब पीती हुई है? सर मैनूं इस गल दा ते पता ही नहीं है क्योंकि उन्हां दा कहना है कि उन्हां दी भैण जी ने मैनूं मेरे नंबर ते कॉल कीती और मैनूं इह गल कही कि साडे बच्चे ने शराब पीती, ओहदे कोल गलती हो गई, ओहनूं किसे तरीके नाल घर लैओ, ओहदी नौकरी दा मसला है। इह गल ते होई नहीं सर। मैं प्रधान साहब नूं इह गल कही कि प्रधान साहब तुसी उत्थे ही हो, ये इसनु बिना मतलब पुलिस चुक के लै गई दी है और ये आज ही आया है ज्वाइनिंग पाके, इसनु तुसी उथों SHO नु बोलो इसनु छोड़ दे, बस इतनी गल हुई है मेरी उन्हां नाल। उन्हां ने कहा कि सिर्फ आस्ते जी, उन्हां ने कहा, उन्हां ने उच्ची आवाज विच भी नहीं गल कीती, बिल्कुल आस्ते जी कहा कि कोई गल नहीं तुसी फिकर ना करो, मैं उन्हां नु छुड़ा के असी कर दे लगे दियां गल। और SHO पीछे ये बोल रहा सी कि लड़ाई किसी की थी, ये खामखा हीरो बन रहा था, मैं इसको नहीं छोड़ूंगा। ठीक है सर। ठीक है जी। उस तो बाद 12:30 बजे जिले आया, मेरे ब्रदर नाल मेरी भी, मेरी गल मेरे ब्रदर नाल भी हुई सी। क्या प्रधान साहब तुहाडे घर बच्चे दे नाल आए सन या मुड़ के उन्हां दा पता करन आए सन? अज सानू 10 दिन हो गए इस प्रॉब्लम नूं फेस करदे आं कल्लिआं। मैं कंप्लेंट फाइल कीती या जो भी मीडिया विच न्यूज आई, अज तक प्रधान साहब ने ना मैनू फोन करके कोई गल पूछी, ना मेरे घर गए, ना मेरी फैमिली कोल गए और ना उन्होंने कोई दुख जताया। और उन्होंने परसों मेनू फोन किया SHO नु कोल बिठा के, शायद वो कॉम्प्रोमाइज करवाना चाहते सन। मैं प्रधान साहब नु एक गल कही, मैं प्रधान साहब तुसी लोगों नु कह रहे हो कि इसकी भैन ने मेरी मिन्नता कीतियां, तुसी कोई डेलीगेशन दी भी गल कर रहे सी? जी मैं ये सुनिया है कि सर प्रधान साहब ने कोई डेलीगेशन तैयार किया था सी SSP साहब कोल भेजन वास्ते कि भाई तुसी इस SHO नु जेड़ा इथो सस्पेंड ना करो या इथो ना भेजो क्योंकि ये बहुत अच्छा SHO है। पर सर मेरी एक बड़ी दुख दी गल है के प्रधान साहब साडी कम्युनिटी दे रिप्रेजेंटेटिव है, असी हमेशा उन्हां दा साथ दिता है, जिथे उन्होंने क्या होगा असी सारी कम्युनिटी उन्हां दे नाल खड़े हो जांदे आ, लेकिन जिथे सानू लोड सी उथे प्रधान साहब बिल्कुल साडे कोल नहीं आए और उल्टा वो अज SHO नु सपोर्ट कर रहे हैं कि SHO गलत नहीं है। कल जिले उन्होंने किसी बच्चे नु चुक के करंट लगेगी फिर मैं पूछांगी। प्रधान साहब दी साडे नाल भी गलबात हुई है, वो भी असी तुहाडे नाल ऑडियो तो बाद अगर तुसी इजाजत दियो तुहाडी जिहड़ी ए ऑडियो है असी रिकॉर्डिंग अपने चैनल ते चला सकते हैं। सर तुसी चलाओ, बेशक चलाओ, लेकिन जी, जी। मेरी प्रधान साहब को एक क्वेश्चन है कि तुसी जिस मसले विच गए हो, तुसी ना पर्चा लगन दिता, ना कोई बंदा अरेस्ट होने दिता, ना तुसी किसी नु मार कुटाई करन दिती, ते इस बच्चे नाल बिना मतलब जड़ी मार पिटाई हुई, अगर तुसी कहंदे हो शराब पीती दी सी, लेकिन तुसी मैनूं एक क्वेश्चन दसो, तुसी मैनूं इस गल दा जवाब दियो कि इसने किसी नाल बदतमीजी कीती, इसने कोई क्राइम कीता, क्या ये इस मार कुट दा हकदार है सी? और दूसरा क्वेश्चन सर ये कि तुसी थाने विच मेरे मसले विच नहीं गए दसो, मैं तुहानू कोई फोन करके नहीं किया कि तुसी मेरे मसले जाओ और मेरे भरा नूं छुड़ा के लियाओ, तुसी उत्थे ऑलरेडी बैठे दसो। मैं बीइंग अ कम्युनिटी हेड तुहाडी हेल्प लैण वास्ते फोन किया और तुसी उस दियां अगर गलत गल्लां बनांदे हो सर, ते अगर तुसी इस तरह ही करदे रहोगे ते प्लीज। ठीक है भैन जी, इसका मतलब कि तुसी उन्हां दे फोन ते उन्हां नूं बिल्कुल ए गल नहीं कही कि मेरे ब्रदर ने शराब पीती हुई है या ड्रिंक कीती हुई है? नहीं, अगर किसी ने शराब पीती दी हुई हो
ਤੇ ਕਿਆ ਉਸਨੇ ਕੋਈ ਬਦਤਮੀਜ਼ੀ ਕੀਤੀ? ਔਰ ਸਰ ਇੱਕ ਸਬਮਿਸ਼ਨ ਮੇਰੀ ਹੈ ਕਿ ਜ਼ਿਲ੍ਹੇ ਐਸ ਐਸ ਪੀ ਸਾਹਿਬ ਨੇ ਡੀਐਸਪੀ ਸਾਹਿਬ ਨੂੰ ਫੋਨ ਕਰਕੇ ਪੁੱਛਿਆ ਕਿ ਕਿਆ ਇਸ ਬੱਚੇ ਨੇ ਤੁਹਾਡੇ ਨਾਲ ਕੋਈ ਬਦਤਮੀਜ਼ੀ ਕੀਤੀ ਸੀ? ਤੇ ਡੀਐਸਪੀ ਸਾਹਿਬ ਨੇ ਕਲੀਅਰਲੀ ਐਸਐਸਪੀ ਸਾਹਿਬ ਨੂੰ ਕਿਹਾ ਸੀ ਕਿ ਇਸ ਬੱਚੇ ਨੂੰ ਨਾ ਮੈਂ ਜਾਣਦਾ, ਨਾ ਇਸਦਾ ਮੇਰਾ ਇਸਦਾ ਮੈਟਰ ਮੇਰੇ ਨੋਟਿਸ ਵਿੱਚ ਹੈ, ਔਰ ਨਾ ਇਸਨੇ ਮੇਰੇ ਨਾਲ ਕੋਈ ਬਦਤਮੀਜ਼ੀ ਕੀਤੀ। ਤੇ ਐਸਐਚਓ ਸਾਹਿਬ ਤੇ ਇੱਥੇ ਹੀ ਝੂਠੇ ਪੈ ਜਾਂਦੇ ਹਨ। ਠੀਕ ਹੈ, ਔਰ ਪ੍ਰਧਾਨ ਸਾਹਿਬ ਗਲਤ ਆਦਮੀ ਦੀ ਅਗਰ ਸਪੋਰਟ ਕਰਨਗੇ ਤੇ ਸ਼ਾਇਦ ਇਹ ਬਹੁਤ ਗਲਤ ਹੋਏਗਾ। ਠੀਕ ਹੈ ਭੈਣ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਆਪਸੀ ਸਾਇੰਸ ਟੀਵੀ ਦੇ ਨਾਲ ਗੱਲਬਾਤ ਕਰਨ ਦਾ। ਓਕੇ, ਹੈਲੋ ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਮਹਾਰਾਜ ਜੀ। ਵੀਰ ਜੀ, ਮੈਂ ਤੇਜਿੰਦਰਪਾਲ ਸਿੰਘ ਬੋਲ ਰਿਹਾ ਨਿਊਜ਼ ਮੀਡੀਆ ਆਪਸੀ ਸਾਂਝ ਤੋਂ। ਜੀ ਸਰ, ਤੁਸੀਂ ਨਰਿੰਦਰ ਸਿੰਘ ਜੀ? ਜੀ ਜੀ ਜੀ। ਆਪਣਾ ਤੁਹਾਡੇ ਨਾ ਪੁੰਛ ਦੇ ਵਿੱਚ ਇੱਕ ਕੇਸ ਹੋਇਆ ਸੀ ਜੀ, ਜੀ ਸਰਦਾਰ ਜਗਵਿੰਦਰ ਸਿੰਘ ਦੀ ਕੁੱਟਮਾਰ ਦਾ। ਬਿਲਕੁਲ ਬਿਲਕੁਲ। ਉਹਦੇ ਬਾਰੇ ਵਿੱਚ ਐਸਐਚਓ ਰਾਓ ਜਿਹੜੇ ਪੁਲਿਸ ਸਟੇਸ਼ਨ ਦੇ, ਉਹਨਾਂ ਦੇ ਨਾਲ ਸਾਡੀ ਗੱਲ ਹੋਈ ਹੈ ਜੀ। ਉਹ ਗੱਲ ਕਰਨ ਨੂੰ ਤਿਆਰ ਹੀ ਨਹੀਂ ਹਨ। ਕਿਉਂ? ਉਹ ਤੁਹਾਡੀ ਇੱਕ ਵੀਡੀਓ ਆਡੀਓ ਹੈ ਜੀ, ਉਹ ਸਾਰੇ ਹੀ ਸਾਨੂੰ ਉਹ ਸਾਨੂੰ ਸੈਂਡ ਕਰ ਰਹੇ ਜੀ। ਉਹ ਕਹਿ ਰਹੇ ਕਿ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਨਹੀਂ ਤੇ ਮੇਰੇ ਨਾਲ ਗੱਲਬਾਤ, ਦੇਖੋ ਮੈਂ ਇਸ ਮਸਲੇ ਨੂੰ ਜਿਸ ਦਿਨ ਮੈਂ ਤੁਹਾਨੂੰ ਡਿਟੇਲ ਦੱਸਾਂ ਜਾਂ ਕਿਸ ਤਰ੍ਹਾਂ ਤੁਸੀਂ? ਦੇਖੋ ਵੀਰ ਜੀ, ਮੈਨੂੰ ਤੁਹਾਨੂੰ ਫੋਨ ਕਰਨ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਜਿਹੜਾ ਵੀ ਮਸਲਾ ਹੋਇਆ ਹੈ, ਇਹ ਮਸਲਾ ਜਿਹੜਾ ਸੰਗਤ ਦੇ ਸਾਹਮਣੇ ਵਧੀਆ ਕਰਕੇ ਅੱਛੇ ਤਰੀਕੇ ਦੇ ਨਾਲ ਰੱਖਿਆ ਜਾਏ, ਨਾ ਕਿ ਇਸਨੂੰ ਕਿਸੇ ਗਲਤ ਤਰੀਕੇ ਨਾਲ ਰੱਖਿਆ ਜਾਏ। ਕਿਉਂਕਿ ਐਸਐਚਓ ਸਾਹਿਬ ਕਹਿ ਰਹੇ ਹਨ ਕਿ ਮੇਰੇ ਨਾਲ ਗੱਲ ਕਰਨ ਤੋਂ ਪਹਿਲੇ ਤੁਸੀਂ ਪ੍ਰਧਾਨ ਸਾਹਿਬ ਦੇ ਨਾਲ ਗੱਲ ਕਰੋ, ਐ ਲੋ ਉਹਨਾਂ ਦੀ ਆਡੀਓ, ਔਰ ਉਹ ਤੁਹਾਡੀ ਆਡੀਓ ਨੂੰ ਵਾਇਰਲ ਕਰ ਰਹੇ ਨੇ। ਤੁਸੀਂ ਬੇਸ਼ੱਕ ਮੈਂ ਇੱਕ ਰਿਸਪੋਂਸੀਬਲ ਆਦਮੀ ਹਾਂ ਜੀ ਜੀ ਜੀ, ਠੀਕ ਹੈ। ਮੈਂ 20 ਸਾਲ ਤੋਂ ਉਸੇ ਕਮਿਊਨਿਟੀ ਦੀ ਸੇਵਾ ਕਰ ਰਿਹਾ ਜੀ ਜੀ, ਠੀਕ ਹੈ। ਮੈਂ ਆਪਣਾ ਨਿੱਜੀ ਕੋਈ ਸਵਾਰਥ ਮੇਰਾ ਕਦੇ ਵੀ ਕਿਧਰੇ ਨਹੀਂ ਰਿਹਾ, ਨਾ ਮੈਂ ਕਿਸੇ ਪੋਲੀਟੀਕਲ ਪਾਰਟੀ ਨਾਲ ਐਫੀਲੇਟਿਡ ਹਾਂ, ਠੀਕ ਹੈ। ਮੈਂ ਗੁਰੂ ਘਰ ਦਾ ਸੇਵਾਦਾਰ ਹਾਂ, ਮੈਂ ਗੁਰੂ ਘਰ ਦੀ ਗੱਲ ਕਰਦਾ ਸਿਰਫ, ਠੀਕ ਹੈ ਜੀ। ਮੈਂ ਰਿਟਾਇਰਡ ਪ੍ਰਿੰਸੀਪਲ ਹਾਂ, ਮੈਂ ਕਾਨੂੰਨੀ ਤੌਰ ਉੱਪਰ ਥੋੜਾ ਬਹੁਤ ਨਜ਼ਰ ਰੱਖਦਾ ਜੀ ਜੀ ਜੀ। ਮੇਰੀ ਇੱਕ ਗੇਮ ਜ਼ਰੂਰ ਹੈ ਕਿ ਮੈਂ ਕਦੇ ਵੀ ਪੋਲੀਟੀਕਲੀ ਆਪਣੇ ਆਪ ਨੂੰ ਐਡਵਾਂਸ ਕਰਨ ਵਾਸਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਦੇ ਨਹੀਂ ਕਰਦਾ। ਬਹੁਤ ਵਧੀਆ, ਠੀਕ ਹੈ ਜੀ। ਤੇ ਨਾ ਹੀ ਮੈਂ ਕਿਸੇ ਪਾਰਟੀ ਦੇ ਨਾਲ ਬੱਧਾ ਹੋਇਆ, ਦਿਲੋਂ ਤੌਰ ਤੇ ਵੀ, ਮਤਲਬ ਬਾਹਰੋਂ ਨਹੀਂ, ਦਿਲੋਂ ਵੀ ਨਹੀਂ, ਕਿਉਂਕਿ ਪਾਰਟੀ ਸਿੱਖ ਕੌਮ ਦੀ ਕੋਈ ਪਾਰਟੀ ਨਹੀਂ ਹੈ। ਬਹੁਤ ਵਧੀਆ, ਸਿੱਖ ਕੌਮ ਨੂੰ ਕਿਸੇ ਨੇ ਕੋਈ ਢਾਰਸ ਨਹੀਂ ਦਿੱਤੀ ਅੱਜ ਦਿਨ ਤੱਕ, ਪਾਰਟੀਆਂ ਜਿਹੜੀਆਂ ਮਰਜ਼ੀਆਂ ਹੋਈਆਂ, ਬਿਲਕੁਲ ਬਿਲਕੁਲ, ਚਾਹੇ ਆਪਣੀਆਂ ਹੋਈਆਂ ਹੋਣ ਚਾਹੇ ਬਾਹਰ ਦੀਆਂ ਹੋਈਆਂ ਹੋਣ, ਠੀਕ ਹੈ ਜੀ ਜੀ। ਮੈਂ ਉਸ ਪੋਲੀਟੀਕਲ ਇਸ਼ੂ ਪਰ ਨਹੀਂ ਟੱਚ ਕਰਦਾ, ਮੈਂ ਤੁਹਾਡੇ ਨਾਲ ਇੱਕ ਬਿਲਕੁਲ ਕਲੀਅਰ ਕੱਟ ਗੱਲ ਕਰਦਾ, ਉਸ ਨੂੰ ਤੁਸੀਂ ਜ਼ਰੂਰ ਧਿਆਨ ਨਾਲ ਸੁਣ ਕੇ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਸਿੱਖ ਸਮਝੋਗੇ ਤੇ ਮੈਨੂੰ ਆਪਣਾ ਰਾਏ ਦੇ ਸਕਦੇ ਹੋ ਜੀ ਜੀ। ਤੇ ਗੱਲ ਇਹ ਹੋਈ ਕਿ ਇਸ ਬੰਦੇ ਦਾ ਮੈਨੂੰ ਪਤਾ ਹੀ ਨਹੀਂ ਸੀ ਕਿ ਇਹ ਬੰਦਾ ਅਰੈਸਟ ਹੈ, ਠੀਕ ਹੈ, ਮੈਨੂੰ ਨਹੀਂ ਪਤਾ। ਇਹ ਸਰਦਾਰ ਜਗਵਿੰਦਰ ਸਿੰਘ ਦੀ ਅਸੀਂ ਗੱਲ ਕਰ ਰਹੇ ਹਾਂ, ਸਰਦਾਰ ਜਗਵਿੰਦਰ ਸਿੰਘ ਜੀ, ਠੀਕ ਹੈ ਜੀ ਜੀ ਸਰ। ਲੜਾਈ ਹੋਈ ਦੋ ਪਰਿਵਾਰਾਂ ਦੀ, ਸਰਦਾਰ ਫੈਮਿਲੀ ਸੀ ਤੇ ਇੱਕ ਹਿੰਦੂ ਮਤਲਬ ਮੁਸਲਮਾਨ ਫੈਮਿਲੀ। ਚਲੋ ਉਹ ਇਸ਼ੂ ਇੱਕ ਅਲੱਗ ਹੈ, ਉਸ ਲੜਾਈ ਉਹਨਾਂ ਦੀ ਲੜਾਈ ਹੋ ਗਈ ਨਾ, ਉਹਨਾਂ ਦੀ ਲੜਾਈ ਹੋ ਗਈ। ਮੈਂ ਉਸ ਸਿਲਸਿਲੇ ਵਿੱਚ ਗਿਆ, ਹਾਸਪਿਟਲ ਵੀ ਗਿਆ, ਸਾਰਿਆਂ ਨੂੰ ਦੇਖਿਆ ਜ਼ਖਮੀਆਂ ਨੂੰ, ਤੇ ਉਸ ਤੋਂ ਬਾਅਦ ਮੈਂ ਥਾਣੇ ਜਾ ਕੇ ਉਹਨਾਂ ਸਰਦਾਰਾਂ ਦਾ, ਮਨਜੀਤ ਸਿੰਘ ਆਇਆ, ਉਸਦਾ ਪਰਚਾ ਲਵਾਉਣ ਵਾਸਤੇ ਮੈਂ ਚਲਾ ਗਿਆ ਥਾਣੇ, ਠੀਕ ਹੈ, ਸਾਰੇ ਬੰਦੇ ਨਾਲ, 40-50 ਬੰਦਾ ਚਲਾ ਗਿਆ ਮੇਰੇ ਨਾਲ ਜੀ। ਐਸਐਚਓ ਨੇ ਗੇਟ ਹੀ ਨਹੀਂ ਖੋਲਿਆ ਪਹਿਲੇ, ਠੀਕ ਹੈ ਜੀ, ਠੀਕ ਹੈ। ਅਸੀਂ ਐਸਪੀ ਮੇਰੇ ਤੋਂ, ਐਸਐਚਓ ਨੇ ਗੇਟ ਕਿਉਂ ਨਹੀਂ ਖੋਲਿਆ? ਮੈਂ ਉਹ ਐਸਐਚਓ, ਮੈਂ ਐਸਪੀ ਨੂੰ ਕਿਹਾ, ਮੈਂ ਕਿਹਾ ਕੀ ਹੋ ਗਿਆ, ਅੱਜ ਕੋਈ ਹਮਲਾ ਹੋ ਗਿਆ ਕਿ ਤੁਹਾਨੂੰ ਕੀ ਤਕਲੀਫ ਹੋ ਗਈ, ਗੇਟ ਕਿਉਂ ਨਹੀਂ ਖੋਲ ਰਹੇ ਤੁਸੀਂ? ਠੀਕ ਹੈ, ਆਹ ਲੈ ਜੀ ਤੁਸੀਂ ਐਸਐਚਓ ਨੂੰ ਫੋਨ ਕਰੋ, ਠੀਕ ਹੈ ਜੀ। ਮੈਂ ਐਸਐਚਓ ਨੂੰ ਫੋਨ ਕੀਤਾ, ਫੋਨ ਮੇਰਾ ਐਸਐਚਓ ਨੇ ਨਹੀਂ ਉਠਾਇਆ, ਠੀਕ ਹੈ। ਮੈਂ ਕੀਤਾ ਐਸਪੀ ਨੂੰ ਫੋਨ, ਐਸਪੀ ਜਾ ਰਿਹਾ ਸੀ ਸਵੇਰੇ, ਉਸਨੇ ਜਾਣਾ ਸੀ ਟ੍ਰਾਂਸਫਰ। ਹਾਂਜੀ ਹਾਂਜੀ ਬਿਲਕੁਲ। ਮੈਂ ਐਸਪੀ ਨੂੰ ਫੋਨ ਕੀਤਾ, ਐਸਪੀ ਨੇ ਕਿਹਾ ਕਿ ਮੈਂ ਹੁਣੇ ਗੱਲ ਕਰਦਾ, ਤੁਸੀਂ ਦੋ। ਮੈਂ ਯਾਰ ਕਮਾਲ ਹੋ ਗਈ, ਮੈਂ ਅਸੀਂ ਬਾਹਰ ਖੜੇ ਹਾਂ ਤੇ ਗੇਟ ਨੀ ਖੁੱਲ ਰਿਹਾ, ਮੈਂ ਇਤਨੀ ਕਿਹੜੀ ਅੱਗ ਲੱਗ ਗਈ ਇੱਥੇ, ਮਤਲਬ ਕਿ ਇਤਨੀ ਤਾਨਾਸ਼ਾਹੀ ਚੱਲ ਰਹੀ ਸੀ ਉਸ ਥਾਂ ਤੇ। ਨਹੀਂ ਨਹੀਂ, ਮੈਂ ਤਾਨਾਸ਼ਾਹੀ ਲਫ਼ਜ਼ ਨਹੀਂ ਇਸਤੇਮਾਲ ਕਰ ਰਿਹਾ। ਹੁਣ ਉਹ ਉਸਨੇ ਜਿਹੜੀ ਆਪਣੀ ਐਕਸਪਲੇਨੇਸ਼ਨ ਦਿੱਤੀ ਕਿ 40-50 ਬੰਦਾ ਮੇਰੇ ਨਾਲ ਆਇਆ ਸੀ, ਇਸ ਵਿੱਚ ਕੋਈ ਸ਼ੱਕ ਨਹੀਂ, ਮੁੰਡੇ ਸਾਰੇ ਸਨ, ਥੋੜਾ ਬਹੁਤਾ ਅੱਲਾ ਗੁੱਲਾ ਵੀ ਹੋ ਰਿਹਾ ਸੀ, ਕੁਦਰਤੀ ਗੱਲ ਸੀ, ਮਾਰ ਕੁਟਾਈ ਹੋਈ ਸੀ, ਅੱਲਾ ਗੁੱਲਾ ਹੋ ਰਿਹਾ ਸੀ। ਖੈਰ ਐਨੀਵੇ ਅਸੀਂ ਅੰਦਰ ਗਏ, ਉਹਨੇ ਕਿਹਾ ਕਿ ਸਾਰੇ ਬੰਦੇ ਅੰਦਰ ਨਾ ਆਓ, ਲੇਕਿਨ 5-4-5 ਬੰਦੇ, 5-10 ਬੰਦੇ ਅੰਦਰ ਆ ਜਾਓ, ਠੀਕ ਹੈ ਜੀ। ਚਲੋ ਅਸੀਂ ਆ ਗਏ ਅੰਦਰ ਬੈਠੇ ਹਾਂ, ਜਿੱਥੇ ਮੈਂ ਅੰਦਰ ਐਂਟਰ ਕੀਤਾ ਤੇ ਮੈਂ ਦੇਖਿਆ ਹਵਾਲਾਟੀ ਚ ਮੁੰਡਾ ਜੋਗਿੰਦਰ ਸਿੰਘ, ਠੀਕ ਹੈ, ਇਹ ਬੜਾ ਅੱਛਾ ਮੁੰਡਾ ਆ, ਬੜਾ ਸੋਬਰ, ਕਿਸੇ ਕਿਸਮ ਦੀ ਕੋਈ ਇਸਨੇ ਮੈਂ ਕਦੇ ਵੀ ਗਲਤ ਗੱਲ ਨਹੀਂ ਦੇਖੀ, ਕਦੇ ਗਲਤ ਚੀਜ਼ ਨਹੀਂ ਬੋਲਿਆ, ਕਿਤੇ ਕਿਸੇ ਨਾਲ ਗੱਲ ਨਹੀਂ ਕੀਤੀ ਇਸਨੇ, ਨਿਮਰਤੇ ਨਾਲ ਬੜੀ ਸਤਿ ਸ੍ਰੀ ਅਕਾਲ ਬੁਲਾ ਕੇ ਬਸ ਚਲਾ ਜਾਂਦਾ ਸੀ। ਮੈਂ ਇਸ ਨੂੰ ਦੇਖਿਆ, ਮੈਂ ਇਸ ਨੂੰ ਪੁੱਛਿਆ, ਮੈਂ ਤੂੰ ਕਿਧਰ ਯਾਰ ਇੱਧਰ, ਆਹ ਲੈ ਜੀ ਮੈਨੂੰ ਪੁਲਿਸ ਫੜ ਲਿਆ, ਮੈਂ ਕਦੋਂ, ਇਹ ਜੀ ਅੱਜ ਇਸੇ ਮਸਲੇ ਵਿੱਚ ਹੀ,
ਮੈਂ ਅੱਛਾ ਚਲੋ ਠੀਕ ਹੈ ਬਸ ਮੈਂ ਇਸ ਤਰ੍ਹਾਂ ਗੱਲ ਕੀਤੀ ਮੈਂ ਅੱਛਾ ਮੈਂ ਕੋਈ ਗੱਲ ਨੀ ਗੱਲ ਕਰਦਾ ਮੈਂ ਅੰਦਰ ਗਿਆ ਮੈਂ ਐਸਐਚਓ ਨੂੰ ਪੁੱਛਿਆ ਕਿ ਮੈਂ ਇਸ ਬੰਦੇ ਨੂੰ ਕਿਉਂ ਪੜਿਆ ਜੀ ਤੁਸੀਂ ਜੀ ਜੀ ਕਹਿਣ ਲੱਗਿਆ ਜੀ ਕਿ ਇਸ ਬੰਦੇ ਨੇ ਬਦਤਮੀਜ਼ੀ ਕੀਤੀ ਜੀ ਮੈਂ ਬਦਤਮੀਜ਼ੀ ਕੀਤੀ ਨਹੀਂ ਕੀਤੀ ਤੁਹਾਨੂੰ ਉਹਨਾਂ ਨੇ ਕਿਹਾ ਕਿ ਇਸਨੇ ਬਦਤਮੀਜ਼ੀ ਕੀਤੀ ਸਾਡੇ ਨਾਲ ਗੱਲਬਾਤ ਸਾਡੇ ਚੈਨਲ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੋ ਰਹੀ ਸੀ ਚਲੋ ਕੁਛ ਹੋਇਆ ਹੋਣਾ ਪਤਾ ਨੀ ਮਤਲਬ ਉਸਨੇ ਮੈਨੂੰ ਇਹ ਕਿਹਾ ਕਿ ਅਸੀਂ ਇਸ ਨੂੰ ਕਿਹਾ ਕਿ ਇੱਥੋਂ ਚਲੋ ਇੱਥੇ ਸੰਗਤ ਬਹੁਤ ਇਕੱਠੀ ਹੋਈ ਦੀ ਹੈ ਪਬਲਿਕ ਬਹੁਤ ਇਕੱਠੀ ਹੋ ਗਈ ਦੀ ਹੈ ਤੇ ਰਸ਼ ਪੈ ਗਿਆ ਤੂੰ ਇੱਥੋਂ ਚੱਲ ਇਸਨੇ ਕਿਹਾ ਕਿ ਮੇਰੀ ਮੈਨੇਜਰ ਇਸਦਾ ਹੁਣ ਉਸਨੇ ਕਿਹਾ ਨਾ ਹੁਣ ਅਗਲੇ ਆਪਣੇ ਆਪਣਾ ਤਰੀਕਾ ਹੈ ਨਾ ਬੋਲਣ ਦਾ ਉਸਨੇ ਕਿਹਾ ਕਿ ਬਈ ਮਤਲਬ ਐਸਐਚਓ ਸਾਹਿਬ ਨੇ ਕਿਹਾ ਐਸਐਚਓ ਨੇ ਕਿਹਾ ਕਿ ਬਈ ਇਸ ਤਰੀਕੇ ਦੀ ਕੋਈ ਧੱਕਾ ਮੁੱਕੀ ਗੱਲ ਚੱਲਣਾ ਸ਼ੁਰੂ ਹੋ ਗਈ ਠੀਕ ਹੈ ਧੱਕਾ ਮੁੱਕੀ ਦੀ ਗੱਲ ਸ਼ੁਰੂ ਹੋ ਗਈ ਤੇ ਜਿਸ ਦੀ ਵਜ੍ਹਾ ਨਾਲ ਇਹ ਪ੍ਰੋਬਲਮ ਬਣ ਗਈ ਸਾਨੂੰ ਇੱਕ ਮਿੰਟ ਹੋਲਡ ਰੱਖਿਓ ਸਰ ਜੀ 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 ਕੋਈ ਗੱਲ ਅੱਛਾ ਉਹ ਕੁਝ ਇਸ ਤਰੀਕੇ ਦੀ ਗੱਲ ਬਣ ਗਈ ਉਹਨਾਂ ਦੀ ਠੀਕ ਹੈ ਜੀ ਤੇ ਮੈਂ ਕੀ ਕਿਹਾ ਇਸਨੇ ਇਹ ਜੀ ਇਸਨੇ ਧੱਕਾ ਵੀ ਮਾਰਿਆ ਜਾਂ ਜੋ ਵੀ ਕੀਤਾ ਚਲੋ ਬਦਤਮੀਜ਼ੀ ਕੀਤੀ ਆਕੜ ਦੱਸਣ ਲਾਇਆ ਕੋਈ ਇਹ ਮੈਂ ਹੀ ਪੁਲਿਸ ਬਣਾਈ ਹੈ ਤੂੰ ਕੀ ਕਰੇਗਾ ਚਲੋ ਇਹਨਾਂ ਨੇ ਕੋਈ ਬੋਲ ਚਾਲ ਹੋਈ ਨਹੀਂ ਮੈਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ ਜੋ ਐਸਐਚਓ ਹੈ ਤੇ ਉਹ ਵੀ ਪੁਲਿਸ ਡਿਪਾਰਟਮੈਂਟ ਦੇ ਹੀ ਹੈ ਨਾ ਅਗਰ ਉਸਨੇ ਕਿਹਾ ਸੀ ਕਿ ਮੈਂ ਪੁਲਿਸ ਡਿਪਾਰਟਮੈਂਟ ਦਾ ਤੇ ਉਹਨਾਂ ਨੂੰ ਚਾਹੀਦਾ ਸੀ ਕਿ ਆਈਡੈਂਟੀਟੀ ਚੈੱਕ ਕਰਨ ਮੈਂ ਪਹਿਲੀ ਗੱਲ ਇਹ ਕਹਿ ਰਿਹਾ ਜੀ ਕਿ ਐਸਐਚਓ ਨੂੰ ਮੈਂ ਇਹ ਗੱਲ ਕਹੀ ਕਿ ਇਸਨੇ ਧੱਕਾ ਵੀ ਮਾਰਿਆ ਜੀ ਠੀਕ ਹੈ ਫਿਰ ਵੀ ਅਸੀਂ ਸਿਚੁਏਸ਼ਨ ਨੂੰ ਕੰਟਰੋਲ ਕਰਨਾ ਹੈ ਹਾਂ ਫਿਰ ਵੀ ਦੇਖੋ ਫਿਰ ਵੀ ਦੇਖੋ ਕੋਈ ਲਾ ਐਂਡ ਆਰਡਰ ਦੀ ਪ੍ਰੋਬਲਮ ਹੁੰਦੀ ਹੈ ਤੇ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਏ ਜੀ ਨਾ ਕਿ ਉਸਦੇ ਨਾਲ ਥਰਡ ਡਿਗਰੀ ਟੋਰਚਰ ਕੀਤਾ ਜਾਏ ਮੇਰੀ ਮੈਂ ਬੇਨਤੀ ਇਹੋ ਕਰ ਰਿਹਾ ਤੁਹਾਡੇ ਨਾਲ ਤੁਸੀਂ ਪੂਰੀ ਗੱਲ ਸੁਣੋਗੇ ਸ਼ਾਇਦ ਤੁਸੀਂ ਸਮਝ ਜਾਓਗੇ ਕਿ ਮੈਂ ਕੀ ਗੱਲ ਕਰਨਾ ਚਾਹਾਂ ਠੀਕ ਹੈ ਜੀ ਉਸਨੇ ਅੰਦਰ ਗਿਆ ਅਸੀਂ ਗੱਲਬਾਤ ਕੀਤੀ ਅਸਾਂ ਕਿਹਾ ਚਲੋ ਠੀਕ ਹੈ ਜੋ ਹੋਇਆ ਤੂੰ ਬੰਦੇ ਨੂੰ ਬਾਹਰ ਕੱਢ ਮੈਂ ਅਵਾਲਾਟ ਕਿਉਂ ਰੱਖਿਆ ਬੰਦੇ ਨੂੰ ਬਾਹਰ ਕੱਢ ਮੀਨਵਾਈਲ ਮੈਨੂੰ ਇਸ ਦੀ ਸਿਸਟਰ ਦਾ ਫੋਨ ਆਉਂਦਾ ਹੈ ਸਿਸਟਰ ਦਾ ਫੋਨ ਤੁਹਾਡੇ ਨੰਬਰ ਤੇ ਆਇਆ ਜਾਂ ਕਿਸੇ ਹੋਰ ਦੇ ਨੰਬਰ ਤੇ ਮੇਰੇ ਨੰਬਰ ਤੇ ਆਉਂਦਾ ਸਿਸਟਰ ਦਾ ਫੋਨ ਮੇਰੀ ਇਸ ਦੀ ਸਿਸਟਰ ਦੇ ਨਾਲ ਗੱਲਬਾਤ ਅੱਛੀ ਹੈ ਗੱਲਬਾਤ ਠੀਕ ਹੈ ਜੀ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿਣ ਲੱਗੀ ਪ੍ਰਧਾਨ ਜੀ ਤੁਸੀਂ ਕਿੱਥੇ ਮੈਂ ਥਾਣੇ ਚ ਠੀਕ ਹੈ ਮੇਰਾ ਭਰਾ ਵੀ ਪਕੜ ਕੇ ਲਿਆ ਆਏ ਠੀਕ ਹੈ ਉਸਦੀ ਨੌਕਰੀ ਦਾ ਮਸਲਾ ਹੈ ਇਹ ਨਾ ਹੋਵੇ ਕਿ ਕਿਸੇ ਦੇ ਕੁਛ ਹੋਰ ਚੱਕਰ ਚ ਹੁਣ ਇਹ ਗੱਲ ਤੁਸੀਂ ਮੇਰੀ ਕਿਧਰੇ ਵੀ ਜ਼ਿਕਰ ਨਹੀਂ ਕਰਨਾ ਅੱਜ ਇਸ ਗੱਲ ਦਾ ਪੂਰੀ ਗੱਲ ਤਾਂ ਸੁਣੋ ਨਾ ਭਾਈ ਸਾਹਿਬ ਪਹਿਲੇ ਪੂਰੀ ਗੱਲ ਸੁਣੋ ਅੱਛਾ ਅੱਛਾ ਭੈਣ ਜੀ ਨੇ ਕਿਹਾ ਤੁਹਾਨੂੰ ਮੈਨੂੰ ਭੈਣ ਜੀ ਨੇ ਕਿਹਾ ਕਿ ਬਈ ਇਸਨੇ ਸ਼ਰਾਬ ਪੀਤੀ ਦੀ ਹੈ ਮੈਂ ਜਿਹੜੀ ਗੱਲ ਵਾਇਰਲ ਵਾਸਤੇ ਕਹਿੰਦਾ ਮੇਰੀ ਕਿਸੇ ਵਾਇਰਲ ਵਿੱਚ ਸਪੀਚ ਸ਼ਰਾਬ ਦੀ ਗੱਲ ਨਹੀਂ ਆਈ ਦੀ ਹੈ ਠੀਕ ਹੈ ਇਹ ਗੱਲ ਸੁਣ ਲਵੇ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਠੀਕ ਹੈ ਕਿ ਉਹਨੇ ਕਿਹਾ ਕਿ ਇਸੇ ਸ਼ਰਾਬ ਪੀਤੀ ਦੀ ਹੈ ਤੇ ਇਸ ਨੂੰ ਥੋੜਾ ਡਾਂਟ ਟੱਪੜ ਵੀ ਕਰੋ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਕਰੋ ਤੇ ਲੇਕਿਨ ਇਸ ਨੂੰ ਛੁੜਾ ਕੇ ਲਿਆਓ ਠੀਕ ਹੈ ਜੀ ਮੈਂ ਉਸਨੂੰ ਕਿਹਾ ਕਿ ਬਈ ਠੀਕ ਹੈ ਕੋਈ ਗੱਲ ਨੀ ਮੈਂ ਉਸਨੂੰ ਕੋਈ ਸ਼ਰਾਬ ਸ਼ਰੂਬ ਦੀ ਗੱਲ ਨੀ ਕੀਤੀ ਉੱਥੇ ਥਾਣੇ ਵਿੱਚ ਵੀ ਤੁਸੀਂ ਉਸ ਬੱਚੇ ਨਾਲ ਗੱਲ ਕੀਤੀ ਉੱਥੇ ਫਿਰ ਹਾਂ ਸੁਣੋ ਨਾ ਬੱਚੇ ਨੂੰ ਮੈਂ ਕਰਾਇਆ ਬੁਲਾਇਆ ਮੈਂ ਕਿਹਾ ਬਈ ਕੀ ਹੋਇਆ ਉਹ ਚਾਹਣਾ ਜੀ ਮੈਨੂੰ ਐਸਐਚਓ ਨਾਲ ਕੋਈ ਗਿਲਾ ਨਹੀਂ ਹੈ ਮੈਨੂੰ ਡੀਐਸਪੀ ਨਾਲ ਕੋਈ ਗਿਲਾ ਨਹੀਂ ਹੈ ਮੈਨੂੰ ਗਿਲਾ ਇਸ ਬੰਦੇ ਨਾਲ ਕੋਈ ਐਸਆਈਆਈ ਜਾਂ ਐਸਆਈਸੀ ਪਤਾ ਨਹੀਂ ਕੌਣ ਸੀ ਇਸ ਬੰਦੇ ਨੇ ਮੈਨੂੰ ਮਾਂ ਦੀ ਗੱਲ ਕੱਢੀ ਬਸ ਉਹ ਮੈਨੂੰ ਬਰਦਾਸ਼ਤ ਨਹੀਂ ਹੋਇਆ ਲੇਕਿਨ ਜਿਸ ਲਈ ਤੁਸੀਂ ਉਸ ਨੂੰ ਮਿਲੇ ਉਸ ਨੂੰ ਟਾਰਚਰ ਹੋ ਚੁੱਕਿਆ ਸੀ ਉਸ ਵੇਲੇ ਤੱਕ ਮੈਨੂੰ ਪਤਾ ਨਹੀਂ ਪਹਿਲਾਂ ਇਹ ਗੱਲ ਤਾਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਮੈਂ ਉਹਨੂੰ ਮਿਲਿਆ ਮੈਂ ਅੰਦਰ ਲਿਆਇਆ ਤੇ ਥਾਣੇ ਪੇ ਹੋਇਆ ਉਸਨੇ ਕਿਹਾ ਠੀਕ ਹੈ ਜੀ ਚਲੋ ਪ੍ਰਦੀਪ ਸ਼ਰਮਾ ਵੀ ਆ ਗਿਆ ਇੱਕ ਐਕਸ ਐਮਐਲਏ ਆ ਉਸਨੇ ਵੀ ਕਿਹਾ ਐਮਐਲਸੀ ਪ੍ਰਦੀਪ ਸ਼ਰਮਾ ਉਸਨੇ ਵੀ ਕਿਹਾ ਇਸ ਨੂੰ ਲੇਕਿਨ ਗੱਲ ਜਿਹੜੀ ਹੈ ਉਹ ਥੋੜਾ ਐਸੇ ਚੁੱਕੇ ਨਹੀਂ ਜੀ ਇਸਨੇ ਗਲਤੀ ਕੀਤੀ ਮੈਂ ਯਾਰ ਚੱਲ ਛੋਟ ਜੋ ਗਲਤੀ ਹੋਈ ਨਹੀਂ ਹੋਈ ਮੁਲਾਜ਼ਮ ਆਦਮੀ ਹੈ ਛੱਡ ਇਸ ਨੂੰ ਖੈਰ ਉਸਨੇ ਛੱਡ ਦਿੱਤਾ ਹੁਣ ਤੁਸੀਂ ਦੱਸੋ ਮੈਨੂੰ ਜਿਸ ਤਰ੍ਹਾਂ ਉਸਨੇ ਛੱਡਿਆ ਮੈਂ ਉਸਨੂੰ ਕਲਾਵੇ ਚ ਪਾਇਆ ਮੁੰਡੇ ਨੂੰ ਮੈਂ ਬਾਹਰ ਲੈ ਆਇਆ ਉਸਨੂੰ ਮੈਂ ਕਿਹਾ ਬੱਚੇ ਚਲੋ ਥੋੜਾ ਜਿਹਾ ਧਿਆਨ ਨਾਲ ਗੱਲ ਕਰਨੀ ਚਾਹੀਦੀ ਛੋੜੋ ਦਫ਼ਾ ਕਰੋ ਮੈਨੂੰ ਕੀ ਪਤਾ ਕਿ ਇਸ ਨੂੰ ਮਾਰਿਆ ਮੈਨੂੰ ਕੀ ਪਤਾ ਕਿ ਇਸ ਨੂੰ ਟਾਰਚਰ ਹੋਇਆ ਦੇਖੋ ਨਾ ਉਸਨੂੰ ਮੈਨੂੰ ਕਹਿਣਾ ਚਾਹੀਦਾ ਸੀ ਨਾ ਕਿ ਪ੍ਰਧਾਨ ਜੀ ਇਸਨੇ ਚਲੋ ਛੋੜਿਆ ਨਹੀਂ ਛੋੜਿਆ ਦਫ਼ਾ ਕਰੋ ਲੇਕਿਨ ਮੇਰੀ ਹਾਲਤ ਕੇ ਬਣਾਈ ਦੀ ਹੈ ਦੇਖੋ ਤੁਸੀਂ ਸੁਣੋ ਨਾ ਗੱਲ ਪਹਿਲੇ ਪੂਰੀ ਠੀਕ ਹੈ ਜੀ ਉਸਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਠੀਕ ਤੇ ਮੈਂ ਇਸ ਚੀਜ਼ ਨੂੰ ਤੇ ਨਾਰਮਲ ਇਹੋ ਚੀਜ਼ ਸਮਝੀ ਨਾ ਕਿ ਚਲੋ ਬਸ ਗੱਲ ਖਤਮ ਹੋ ਗਈ ਠੀਕ ਕਿਉਂਕਿ ਇਸਨੇ ਵੀ ਗੱਲ ਕਹੀ ਕਿ ਠੀਕ ਹੈ ਜੀ ਮੈਨੂੰ ਮਾਂ ਦੀ ਗੱਲ ਕੱਢੀ ਮੈਨੂੰ ਦੁੱਖ ਹੈ ਇਹ ਹੈ ਉਹ ਇਸਨੇ ਕੋਈ ਨਹੀਂ ਕਿਹਾ ਕਿ ਇਹਨਾਂ ਮੈਨੂੰ ਟਾਰਚਰ ਕੀਤਾ ਇਹਨਾਂ ਮੈਨੂੰ ਮਾਰਿਆ ਇਹਨਾਂ ਤੋਂ ਮੇਰੀ ਹਾਲਤ ਕੇ ਕੀਤੀ ਦੀ ਹੈ ਤੇ ਫਿਰ ਮੈਂ ਪੁੱਛਾ ਉਹਨਾਂ ਨੂੰ ਕਿ ਬਈ ਤੁਹਾਨੂੰ ਇੰਟਰਨੈਟ ਕੀ ਤਕਲੀਫ ਹੋ ਗਈ ਸੀ ਕਿ ਟੈਰਰਿਸਟ ਸੀ ਕੋਈ ਬਿਲਕੁਲ ਤੁਸੀਂ ਇਸ ਨੂੰ ਟਾਰਚਰ ਕਰ ਰਹੇ ਹੋ ਕਿਉਂਕਿ ਇਸਦੇ ਕੋਲ ਕਿਉਂ ਬੁਲਾਉਣਾ ਚਾਹੁੰਦੇ ਸੀ ਤੁਸੀਂ ਫਿਰ ਤੇ ਅਸੀਂ ਗੱਲ ਕਰੀਏ ਇਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹ ਘਰ ਚਲੇ ਗਏ ਠੀਕ ਹੈ ਮੁੰਡਾ ਘਰ ਚਲਾ ਗਿਆ ਠੀਕ ਹੈ ਜੀ ਹੁਣ ਇਹ ਘਰ ਖੋੜੀ ਨਾਲ ਰਹਿੰਦੇ ਮੈਨੂੰ ਨਹੀਂ ਪਤਾ ਕਿ ਬਈ ਇਹ ਘਰ ਜਾ ਕੇ ਕੀ ਹੋਇਆ ਇਹ ਤੁਹਾਡੇ ਘਰ ਤੋਂ ਕਿਤਨਾ ਦੂਰ ਰਹਿੰਦੇ ਨੇ
ਥੋੜੀ ਨਾੜ ਹੈ ਵਾਰਡ ਅੱਗੇ ਥੋੜੀ ਜੀ ਕੋਈ ਬਹੁਤ ਦੂਰ ਵੀ ਨਹੀਂ ਕਿਲੋਮੀਟਰ ਦਾ ਫਰਕ ਹੈ ਨਹੀਂ ਨਹੀਂ ਕਿਲੋਮੀਟਰ ਕੀ ਆਉਣਾ ਮੇਰੇ ਖਿਆਲ ਜ਼ਿਆਦਾ ਵੀ ਨਹੀਂ ਆਉਣਾ ਤੁਸੀਂ ਇਹਨਾਂ ਦੇ ਘਰ ਗਏ ਮੁੜ ਕੇ ਪਤਾ ਕਰਨ ਉਹਨਾਂ ਦਾ ਪਹਿਲੇ ਗੱਲ ਸੁਣ ਲਓ ਨਾ ਸਰ ਪੂਰੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਜੀ ਕੋਈ ਰਾਬਤਾ ਨਹੀਂ ਰੱਖਿਆ ਠੀਕ ਹੈ ਹੁਣ ਮੈਂ ਇਹ ਕਹਿੰਦਾ ਕਿ ਅਗਰ ਇਹਨਾਂ ਨੂੰ ਸਵੇਰ ਰਾਤੀ ਪਤਾ ਲੱਗ ਗਿਆ ਕਿ ਮਾਰ ਪਈ ਦੀ ਹੈ ਟਾਰਚਰ ਹੋਇਆ ਦਾ ਠੀਕ ਹੈ ਤੇ ਇਹਨਾਂ ਨੂੰ ਰਾਤੀ ਦੱਸਣਾ ਚਾਹੀਦਾ ਸੀ ਫੋਨ ਇਹਨਾਂ ਨੂੰ ਅਜੇ ਪਤਾ ਸੀ ਇਹਨਾਂ ਨੂੰ ਕਿ ਅਜੇ ਪ੍ਰਧਾਨ ਥਾਣੇ ਹੀ ਬੈਠਾ ਦਾ ਠੀਕ ਹੈ ਜੀ ਰਾਤੀ ਵੀ ਦੱਸ ਸਕਦੇ ਸਨ ਚਲੋ ਰਾਤੀ ਨਹੀਂ ਦੱਸਿਆ ਇਹਨਾਂ ਨੇ ਸਵੇਰੇ ਦੱਸ ਸਕਦੇ ਸਨ ਕਿ ਸਾਡੇ ਨਾਲ ਬੱਚੇ ਦੇ ਨਾਲ ਸਰ ਟਾਰਚਰ ਹੋਇਆ ਹੋਇਆ ਉਹ ਵੀ ਥਰਡ ਡਿਗਰੀ ਟਾਰਚਰ ਉਹ ਦੱਸ ਨਹੀਂ ਸਕਦਾ ਉਹ ਬੱਚਾ ਦੱਸ ਕਿਸ ਤਰ੍ਹਾਂ ਸਕਦਾ ਹੈ ਉਹ ਤੇ ਡਰਿਆ ਹੋਣਾ ਕਿ ਕੀ ਪਤਾ ਕਿਧਰੇ ਮੈਨੂੰ ਕੁਝ ਹੋਰ ਨਾ ਕਰ ਦੇਣ ਕੀ ਗੱਲਾਂ ਕਰਦੇ ਸਰ ਮੇਰੀ ਗੱਲ ਸੁਣੋ ਕਿ ਨਹੀਂ ਜਿਸਨੇ ਬਾਹਰ ਆ ਗਿਆ ਘਰ ਆ ਗਿਆ ਘਰ ਨਹੀਂ ਦੱਸ ਸਕਦੀ ਮੈਂ ਚਲੋ ਮੰਨ ਲਿਆ ਮੈਂ ਕਿ ਥਾਣੇ ਅਗਰ ਉਸਦੇ ਦੱਸਤਾ ਤੇ ਹੋ ਸਕਦਾ ਉਹਨਾਂ ਨੇ ਛੋੜਨਾ ਹੀ ਨਹੀਂ ਸੀ ਤੁਸੀਂ ਇਹ ਕਹਿ ਰਹੇ ਹੋ ਕਿ ਇੱਥੇ ਬੱਚੇ ਦੀ ਬਹੁਤ ਵੱਡੀ ਗਲਤੀ ਸੀ ਨਹੀਂ ਨਹੀਂ ਦੇਖੋ ਬੱਚੇ ਦੀ ਗਲਤੀ ਜ਼ਰੂਰ ਇਹ ਗਲਤੀ ਹੈ ਕਿ ਇਸ ਨੂੰ ਦੱਸਣਾ ਚਾਹੀਦਾ ਸੀ ਪਬਲਿਕਲੀ ਤੇ ਪਬਲਿਕ ਨੂੰ ਅਸੀਂ ਪੁੱਛਦੇ ਕਿ ਇਹ ਹਾਲਤ ਦੱਸੀ ਇਹ SHO ਦੀ ਹਾਲਤ ਹੈ ਇਹ SHO ਕੰਮ ਕਰਦਾ ਪੁਲਿਸ ਦੇ ਅੰਦਰ ਠੀਕ ਹੈ ਕਿ ਨਹੀਂ ਅਸੀਂ ਕਿਸੇ ਗੱਲ ਉੱਪਰ ਤਾਂ ਰੁਕਣਾ ਸੀ ਨਾ ਨਾਲ ਠੀਕ ਹੈ ਉਸ ਤੋਂ ਬਾਅਦ ਚਲੋ ਨਹੀਂ ਰਾਤ ਨਹੀਂ ਦੱਸਿਆ ਸਵੇਰੇ ਦੱਸ ਸਕਦੇ ਸਨ ਇਹਨੇ ਸਵੇਰੇ ਵੀ ਨਹੀਂ ਦੱਸਿਆ ਤ੍ਰੀਏ ਦਿਨ ਵੀ ਨਹੀਂ ਦੱਸਿਆ ਚੌਥੇ ਦਿਨ ਵੀ ਨਹੀਂ ਦੱਸਿਆ ਕੋਈ ਗੱਲ ਹੀ ਨਹੀਂ ਹੋਈ ਤੇ ਮੈਂ ਆਪਣੇ ਤਰਫੋਂ ਇਹ ਸੋਚਿਆ ਕਿ ਵੀ ਉਹ ਘਰ ਚਲਾ ਗਿਆ ਮਸਲਾ ਖਤਮ ਹੋ ਗਿਆ ਕਿਉਂਕਿ ਦੋ ਪਰਿਵਾਰ ਜਿਹਨੇ ਲੜਾਈ ਹੋਈ ਸੀ ਉਹ ਵੀ ਸਮਝੌਤਾ ਹੋ ਗਿਆ ਕੰਪਰੋਮਾਈਜ਼ ਉਹਨਾਂ ਨੇ ਕਰ ਲਿਆ ਆਪਣੇ ਲੈਵਲ ਉੱਪਰ ਹੀ ਉਹ ਵੀ ਖਤਮ ਹੋ ਗਿਆ ਕੰਮ ਮੈਂ ਉਸ ਲਈ ਇਹ ਵੀ ਖਤਮ ਹੋ ਗਿਆ ਆਪਣੀ ਡਿਊਟੀ ਚਲਾ ਗਿਆ ਗੱਲ ਖਤਮ ਹੋ ਗਈ ਪੰਜਵੇਂ ਦਿਨ ਇੱਕ ਛੇਵੇਂ ਦਿਨ ਮੈਨੂੰ ਵੀਡੀਓ ਮਿਲਦੀ ਹੈ ਜੀ ਜੀ ਉਸ ਦੇ ਉੱਪਰ ਤਸ਼ੱਦਦ ਹੋਇਆ ਬੜਾ ਮੈਂ ਫੋਨ ਕੀਤਾ ਮੈਡਮ ਹੋਰਾਂ ਨੂੰ ਇਸਦੀ ਸਿਸਟਰ ਨੂੰ ਮੈਂ ਜੀ ਇਹ ਕੀ ਮਸਲਾ ਬਣਿਆ ਇਹ ਕਦੋਂ ਹੋਇਆ ਤੁਸੀਂ ਮੈਨੂੰ ਕਿਉਂ ਨੀ ਦੱਸਿਆ ਲੈ ਖੈਰ ਉਹ ਫੋਨ ਜਿਹੜਾ ਸੀ ਇਹਨਾਂ ਨੇ ਕਿਹਾ ਕਿ ਮੈਚੋਰ ਨੀ ਆਵਾਜ਼ ਨੀ ਆ ਰਹੀ ਤੁਹਾਡੀ ਉਹ ਫੋਨ ਬੰਦ ਹੋ ਗਿਆ ਮੈਂ ਦੂਸਰੇ ਨੰਬਰ ਪਰ ਤੁਹਾਨੂੰ ਫੋਨ ਕਰਦੀ ਹਾਂ ਇਹਨਾਂ ਨੇ ਦੂਸਰੇ ਨੰਬਰ ਉੱਪਰ ਮੈਨੂੰ ਫੋਨ ਨਹੀਂ ਕੀਤਾ ਫਿਰ ਮੈਂ ਬਾਈ ਚ ਇਹਨਾਂ ਨੂੰ ਮੈਂ ਕੰਟੈਕਟ ਕੀਤਾ ਤੇ ਇਹਨਾਂ ਨੇ ਮੈਨੂੰ ਇਹ ਗੱਲ ਕਿ ਮੈਂ ਗਿਆ ਉਸ ਤੋਂ ਬਾਅਦ ਦਸਵਾਂ ਹੋ ਗਿਆ ਦਿਗਵਾਰ ਦਸਵੇਂ ਵਾਲੇ ਦਿਨ ਸੈਕਟਰੀ ਇੱਕ ਸੀ ਉੱਥੇ ਜਿਹੜਾ ਲੋਕਲ ਬਣਿਆ ਦਾ ਉਸਨੇ ਉਸ ਆਡੀਓ ਤੁਸੀਂ ਪੜ੍ਹਨਾ ਸੀ ਮੈਂ ਕੀ ਗਲਤ ਬੋਲਿਆ ਦਾ ਮੈਨੂੰ ਦੱਸੋ ਮੈਂ ਇਹ ਗੱਲ ਕਿ SHO ਸਾਹਿਬ ਇਹ ਕਹਿ ਰਹੇ ਕਿ ਜੀ ਤੁਸੀਂ ਮੈਨੂੰ ਕੀ ਪੁੱਛਣਾ ਤੁਸੀਂ ਪ੍ਰਧਾਨ ਸਾਹਿਬ ਨੂੰ ਪੁੱਛੋ ਪ੍ਰਧਾਨ ਉਹਨਾਂ ਦੀ ਆਡੀਓ ਪ੍ਰਧਾਨ ਨੇ ਜਿਹੜੀ ਆਡੀਓ ਵਿੱਚ ਪੜ੍ਹ ਲਓ ਤੁਸੀਂ ਆਡੀਓ ਅਸੀਂ ਕੀ ਬੋਲਿਆ ਦਾ ਉਹੀ ਆਡੀਓ ਅਸੀਂ ਇਹ ਬੋਲਿਆ ਦਾ ਕਿ ਇਹ ਗੱਲ ਹੋਈ ਸੀ ਸਿਰਫ ਇਤਨੀ ਉਸ ਤੋਂ ਬਾਅਦ ਦੀ ਗੱਲ ਮੈਨੂੰ ਨਹੀਂ ਪਤਾ ਸੀ ਹੁਣ ਅਸੀਂ ਗੱਲ ਸੁਣ ਕੇ ਹੀ ਅਸੀਂ ਤੁਹਾਨੂੰ ਕਾਲ ਕੀਤੀ ਸੁਣੋ ਨਾ ਸਰ ਉਸ ਤੋਂ ਬਾਅਦ ਮੈਂ ਉਸੇ ਵੇਲੇ ਜਿਸਲੇ ਇਹ ਚੀਜ਼ ਹੋਈ ਇਹ ਚੀਜ਼ ਜਿਸਲੇ ਹੋ ਗਈ ਮੈਨੂੰ ਪਤਾ ਲੱਗਿਆ ਕਿ ਇਸ ਦਾ ਤਸ਼ੱਦਦ ਹੋ ਗਿਆ ਇਹ ਹੋ ਗਿਆ ਨਵਾਂ SP ਜੁਆਇਨ ਕਰ ਚੁੱਕਿਆ ਸੀ ਕਿਉਂਕਿ ਠੀਕ ਹੈ ਬਿਲਕੁਲ ਮੈਂ ਨਵੇਂ SP ਨੂੰ ਉਸੇ ਵੇਲੇ ਫੋਨ ਕੀਤਾ ਠੀਕ ਹੈ ਬੇਸਿਕਲੀ ਮੈਂ ਫੋਨ ਵੀ ਨਹੀਂ ਕੀਤਾ ਕਿਉਂਕਿ ਮੈਂ ਵੀ ਥੋੜਾ ਸਮਝਦਾ ਸਾਂ ਮੈਂ WhatsApp ਕੀਤਾ ਠੀਕ ਹੈ ਕਿਉਂਕਿ WhatsApp ਜਿਹੜਾ ਉਹ ਇੱਕ ਰਿਕਾਰਡ ਹੁੰਦਾ ਤੇ ਫੋਨ ਜਿਹੜਾ ਕੋਈ ਬਿਲਕੁਲ ਬਿਲਕੁਲ ਠੀਕ ਹੈ ਜੀ ਮੈਂ WhatsApp ਕੀਤਾ ਕਿ ਬਈ ਇਹ ਹਾਲਤ ਬਣੀ ਠੀਕ ਹੈ ਇਹ ਹਾਲਤ ਕੀਤੀ ਗਈ ਇਸ ਤਰ੍ਹਾਂ ਕੀਤੀ ਗਈ ਠੀਕ ਹੈ ਤੁਸੀਂ ਦੱਸੋ ਕਿ ਬਈ ਇਹ ਕੀ ਹੈ ਕਿਆ ਉਸਨੇ ਮੈਨੂੰ ਅਸ਼ੋਰੈਂਸ ਦਿੱਤੀ ਕਿ ਮੈਂ ਪੂਰੀ ਇਸ ਦੀ ਇਨਕੁਆਇਰੀ ਕਰਕੇ ਠੀਕ ਹੈ ਜਿਹੜਾ ਕਲਪਿਟ ਹੋਏਗਾ ਉਸਨੂੰ ਕਿਸੇ ਤਰ੍ਹਾਂ ਵੀ ਬਰੀ ਨਹੀਂ ਕੀਤਾ ਜਾਏਗਾ ਕਿਸੇ ਤਰ੍ਹਾਂ ਦੀ ਵੀ ਉਸਨੂੰ ਕੋਈ ਚੀਜ਼ ਜਿਹੜੀ ਹੈ ਸਪੇਅਰ ਨਹੀਂ ਕੀਤਾ ਜਾਏਗਾ ਔਰ ਇਹ ਕੋਈ ਜਿਹੜਾ ਹੈ ਤਰੀਕਾ ਨਹੀਂ ਹੈ ਕੋਈ ਤੁਹਾਨੂੰ ਨਹੀਂ ਲੱਗਦਾ ਕਿ SHO ਹਜੇ ਵੀ ਡਿਊਟੀ ਤੇ ਹੈ ਇਹ SP ਸਾਹਿਬ ਨੂੰ ਉਸਨੂੰ ਔਨ ਦਾ ਸਪੋਟ ਸਸਪੈਂਡ ਕਰਨਾ ਚਾਹੀਦਾ ਸੀ ਮੈਨੂੰ SSP ਸਾਹਿਬ ਨੇ ਕਿਹਾ ਕਿ ਮੈਂ ਗਵਰਨਰ ਹਾਊਸ ਵਿੱਚ ਕੋਈ ਮੀਟਿੰਗ ਹੈ ਮੈਂ ਉੱਥੇ ਆਇਆ ਦਾ ਠੀਕ ਹੈ ਮੈਂ ਵਾਪਸ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਕੇਸ ਮੈਂ ਇਹ ਕਹਿਣਾ ਚਾਹੁੰਦਾ ਭਾਈ ਸਾਹਿਬ ਮੈਂ ਇਹ ਕਹਿਣਾ ਚਾਹੁੰਦਾ ਕਿ ਮੁੰਡੇ ਨੇ ਕਾਲਰ ਵਿੱਚ ਵੀ ਫੜਿਆ ਦਾ ਹੋਵੇ SHO ਨੂੰ ਮੁੰਡੇ ਨੇ DSP ਨੂੰ ਧੱਕਾ ਵੀ ਮਾਰਿਆ ਦਾ ਹੋਵੇ ਈਵਨ ਦੈਨ ਇਹ ਤਰੀਕਾ ਨਹੀਂ ਹੈ ਕਿ ਬੱਚੇ ਨੂੰ ਮਾਰਿਆ ਜਾਏ ਇਸ ਹੱਦ ਬਿਲਕੁਲ ਮੇਰੀ ਮੇਰਾ ਜਿਹੜਾ ਕਹਿਣ ਦਾ ਮਸਲਾ ਸਿਰਫ ਇਤਨਾ ਆ ਕਿ ਅਗਰ ਬੱਚੇ ਨੇ ਉਹ ਜੋ ਮਰਜ਼ੀ ਕਹਣ ਕੇ ਧੱਕਾ ਮਾਰਿਆ ਗਾਲ ਕੱਢੀ ਮੈਂ ਕਹਿੰਦਾ ਧੱਕਾ ਵੀ ਮਾਰਿਆ ਦਾ ਹੋਵੇ ਉਸਦੇ ਸਟਾਰ ਵੀ ਤਾਰੇ ਦੇ ਹੋਣ ਤੋੜੇ ਦੇ ਹੋਣ ਈਵਨ ਦੈਨ ਉਹਨਾਂ ਤੋਂ ਕੋਈ ਤਾਕਤ ਨਹੀਂ ਕਿ ਉਹ ਬੱਚੇ ਨੂੰ ਇਸ ਤਰ੍ਹਾਂ ਮਾਰਨ ਹਾਂ ਬਿਲਕੁਲ ਕਾਨੂੰਨੀ ਉਹ ਕਹਿ ਰਹੇ ਸੀ ਕਿ SHO ਕਹਿ ਰਿਹਾ ਕਿ ਮੁਚਲਕਾ ਭਰ ਕੇ ਛੱਡਾਂਗੇ ਯਾਨੀ ਕਿ ਇਸ ਬੰਦੇ ਨੂੰ ਜ਼ਮਾਨਤ ਤੇ ਛੱਡਾਂਗੇ ਮੈਂ ਉਸਨੂੰ ਇਹ ਗੱਲ ਕਹੀ ਕਿ ਕਿਸੇ ਕਿਸਮ ਦੀ ਕੋਈ ਗੱਲ ਜਿਹੜੀ ਹੈ ਨਹੀਂ ਕਰਨੀ ਕਿਉਂਕਿ ਮੁਲਾਜ਼ਮ ਆਦਮੀ ਹੈ ਇਸ ਦੀ ਗਲਤੀ ਕੋਈ ਨਹੀਂ ਹੈ ਇਹ ਲੜਾਈ ਵਿੱਚ ਹੈ ਹੀ ਨਹੀਂ ਸੀ ਠੀਕ ਹੈ ਬਿਲਕੁਲ ਤੁਹਾਡੇ ਨਾਲ ਬਹਿਸ ਮੁਆਸਾ ਹੋ ਗਿਆ ਚਲੋ ਹੋਇਆ ਜੋ ਵੀ ਹੋਇਆ ਮੈਨੂੰ ਨਹੀਂ ਪਤਾ ਕੋਈ ਹੋਇਆ ਲੇਕਿਨ ਜੋ ਵੀ ਹੋਇਆ ਹੋਵੇ
ਪਰ ਇਸਦੀ ਨੌਕਰੀ ਨਾਲ ਨਹੀਂ ਖੇਡਣਾ ਅਸਾਂ ਨੇ। ਜੇ ਮੈਂ ਇਹ ਗੱਲ ਕਹਿ ਸਕਦਾ ਤਾਂ ਜੇ ਮੈਨੂੰ ਇਹ ਪਤਾ ਹੁੰਦਾ ਕਿ ਇਸਨੂੰ ਟਾਰਚਰ ਕੀਤਾ ਤਾਂ ਮੈਂ ਉਸਨੂੰ ਪੁੱਛਦਾ ਸਰ ਤੂੰ ਪਹਿਲੇ ਤੂੰ ਮੈਨੂੰ ਇਹ ਗੱਲ ਦੱਸ ਕਿ ਤੈਨੂੰ ਕਿਸ ਨੇ ਤਾਕਤ ਦਿੱਤੀ ਕਿ ਤੂੰ ਇਸਨੂੰ ਟਾਰਚਰ ਕਰੇ, ਟਾਰਚਰ ਕਰਨ ਦੀ ਤਾਕਤ, ਤੇਰੇ ਕੋਲ ਕੀ ਤਾਕਤ ਹੈ, ਤੂੰ ਕੌਣ ਹੈ? ਬਿਲਕੁਲ ਮੈਂ ਦੇਖੋ ਭਾਈ ਸਾਹਿਬ ਤੁਹਾਡੀ ਕੋਈ ਐਸ ਐਚ ਓ ਦੇ ਨਾਲ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਦੇ ਵਿੱਚ ਹੈ ਜੋ ਬਿਲਕੁਲ ਦੇ ਵਿੱਚ ਉੱਥੇ ਕੋਈ ਮੀਟਿੰਗ ਹੋਈ ਹੈ? ਹਾਂ ਬਿਲਕੁਲ ਮੀਟਿੰਗ ਹੋਈ, ਉੱਥੇ ਕੀ ਗੱਲਬਾਤ ਹੋਈ ਹੈ? ਸੁਣੋ ਮੈਂ ਉਸਨੂੰ ਇਹ ਗੱਲ ਪੁੱਛੀ, ਮੈਨੂੰ ਕਹਿਣ ਲੱਗਿਆ ਜੀ ਕਿ ਮੈਂ ਤੂੰ ਦੱਸੋ ਭਾਈ ਸਾਹਿਬ ਇਹਦੇ ਵਿੱਚ ਜ਼ੁਲਮ ਹੋਇਆ ਬੱਚੇ ਦੇ ਨਾਲ, ਠੀਕ ਹੈ, ਇਹ ਕਿਸ ਨੇ ਕੀਤਾ, ਕਿਉਂ ਕੀਤਾ, ਇਹ ਚੀਜ਼ਾਂ ਗਲਤ ਇੰਨਾ ਮੈਂ ਹੈ। ਅਗਰ ਉਹ ਥੱਪੜ ਵੀ ਮਾਰ ਜਾਏ ਆਥੋ ਪੱਥੀ ਵੀ ਹੋ ਜਾਏ, ਕੀ ਕਹਿਣਾ ਸੀ? ਐਸ ਐਚ ਓ ਕਹਿੰਦਾ ਦੇਖੋ ਜੀ ਗੱਲ ਇਹ ਹੈ ਕਿ ਮੈਂ ਇਹ ਗੱਲ ਜਿਹੜੀ ਹੈ, ਉਸਦੀ ਮੈਡਮ ਵੀ ਆਈ ਦੀ ਸੀ, ਮੁੰਡਾ ਵੀ ਆਇਆ ਸੀ, ਸ਼ਾਇਦ ਉਸਦਾ ਘਰ ਵਾਲਾ ਵੀ ਸੀ, ਤੇ ਐਸ ਪੀ ਸਾਹਿਬ ਦੇ ਨਾਲ ਸਾਰੀ ਇੱਕ ਬੁਰੀ ਗੱਲਬਾਤ ਹੋਈ। ਐਸ ਪੀ ਸਾਹਿਬ ਨੇ ਮੈਨੂੰ ਜੋ ਕਹਿਣਾ ਸੀ ਕਿਹਾ, ਯੇ ਵੋ, ਮੈਂ ਮੰਨਦਾ ਕੋਈ ਵੀ ਜੋ ਵੀ ਹੋਇਆ ਗਲਤ ਹੋਇਆ, ਯੇ ਵੀ ਐਸ ਐਚ ਓ ਕਹਿ ਰਿਹਾ ਕਿ ਗਲਤ ਹੋਇਆ। ਦੇਖੋ ਮੇਰੀ ਗੱਲ, ਗਲਤ ਕਿਉਂ ਨਹੀਂ ਕਹਿ ਰਿਹਾ, ਗਲਤ ਕਿਉਂ ਨਹੀਂ ਕਵੇਗਾ, ਨਹੀਂ ਕਵੇਗਾ ਤਾਂ ਫਿਰ ਵੀ ਹਜੇ ਤੱਕ ਉਹ ਉਸੇ ਥਾਣੇ ਦੇ ਵਿੱਚ ਡਿਊਟੀ ਕਰ ਰਿਹਾ। ਦੇਖੋ ਅੱਜ ਮੇਰੇ ਖਿਆਲ ਵਿੱਚ ਐਸ ਪੀ ਨੇ ਆ ਜਾਣਾ ਹੈ, ਸ਼ਾਇਦ ਅੱਜ ਆ ਜਾਏਗਾ, ਠੀਕ ਹੈ। ਮੈਂ ਅੱਜ ਹੀ ਇੱਕ ਬਣਾਇਆ ਸੀ ਕਿ ਅਸੀਂ ਸਵਾਰਾ ਇੱਕ ਡੈਪੂਟੇਸ਼ਨ ਆਪਣਾ ਲੈ ਕੇ ਐਸ ਪੀ ਕੋਲ ਜਾਵਾਂਗੇ ਕਿ ਤੁਸੀਂ ਦੱਸੋ ਜੀ ਕੀ ਕਾਰਵਾਈ ਤੁਸੀਂ ਕਰਨੀ ਹੈ ਇਸਦੀ, ਠੀਕ ਹੈ। ਤੁਹਾਡੀ ਇਨਕੁਆਇਰੀ ਹੋ ਗਈ ਕੰਪਲੀਟ ਕਿ ਨਹੀਂ ਹੋਈ? ਅਗਰ ਇਨਕੁਆਇਰੀ ਕੰਪਲੀਟ ਨਹੀਂ ਹੋਈ ਤੇ ਕਿੰਨੇ ਦਿਨ ਤੁਹਾਨੂੰ ਹੋਰ ਚਾਹੀਦੇ ਨੇ, ਠੀਕ ਹੈ, ਔਰ ਕਿੰਨੇ ਦਿਨਾਂ ਤੋਂ ਬਾਅਦ ਤੁਸੀਂ ਆਪਣਾ ਕੋਈ ਰੋਲ ਦੱਸੋਗੇ, ਉਹ ਸਾਨੂੰ ਡੇਟ ਜਿਹੜੀ ਹੈ ਘੱਟ ਡੇਟ ਦੱਸੋ, ਠੀਕ ਹੈ। ਦੂਸਰਾ, ਅਗਰ ਇਹ ਕੋਰਟ ਦੇ ਵਿੱਚ ਵੀ ਮਸਲਾ ਯਾਦ ਹੈ, ਈਵਨ ਦੈਨ ਕੋਰਟ ਵਾਲੇ ਨੂੰ ਰਹਿੰਦੇ, ਕਿਉਂਕਿ ਆਮ ਜਿਹੜਾ ਸਾਰਾ ਲਿਆ ਜਾਂਦਾ ਇਹ ਲਿਆ ਜਾਂਦਾ ਕਿ ਮਸਲਾ ਕੋਰਟ ਵਿੱਚ ਹੈ, ਅਸੀਂ ਕੁਛ ਨਹੀਂ ਕਰ ਸਕਦੇ। ਆਮ ਲੋਕੀ ਇਹੋ ਐਕਸਕਿਊਜ਼ ਕਰਦੇ ਨਾ, ਨਹੀਂ ਨਹੀਂ ਮੇਰੀ ਗੱਲ ਸੁਣੋ ਨਾ, ਮੈਂ ਉਸਨੂੰ ਜਿਹੜੀ ਗੱਲ ਕਹਿੰਦਾ, ਮੈਂ ਵੀ ਪ੍ਰਿੰਸੀਪਲ ਰਿਟਾਇਰ ਹਾਂ, ਮੈਂ ਉਸਨੂੰ ਇਹ ਗੱਲ ਕਹਿੰਦਾ ਕਿ ਕੋਰਟ ਆਪਣਾ ਫੈਸਲਾ ਦੇਗੀ, ਲੇਕਿਨ ਤੁਸੀਂ ਡਿਪਾਰਟਮੈਂਟਲ ਜੋ ਆਪਣਾ ਫੈਸਲਾ ਲੈਣਾ ਉਹ ਫੈਸਲਾ ਸਾਨੂੰ ਸੁਣਾ ਦਿਓ, ਉਸ ਵਿੱਚ ਤੁਸੀਂ ਉਸਨੂੰ ਸਸਪੈਂਡ ਕਰੋ, ਉਸਨੂੰ ਟ੍ਰਾਂਸਫਰ ਕਰੋ, ਉਸਨੂੰ ਸਜ਼ਾ ਦਿਓ, ਉਹ ਤੁਹਾਡੀ ਆਪਣੀ ਜਿਹੜੀ ਹੈ, ਤੁਸੀਂ ਦੱਸੋ ਤੁਹਾਡੀ ਜੁਰਿਸਡਿਕਸ਼ਨ ਕੀ ਕਹਿੰਦੀ ਹੈ, ਤੁਹਾਡਾ ਇਨਸਾਫ਼ ਕੀ ਕਹਿੰਦਾ, ਅਸੀਂ ਇਨਸਾਫ਼ ਐਸ ਪੀ ਕੋਲ ਲੈਣਾ, ਠੀਕ ਹੈ ਭਾਈ ਸਾਹਿਬ। ਤੁਹਾਡਾ ਬਹੁਤ ਬਹੁਤ ਧੰਨਵਾਦ, ਇਹ ਤੁਹਾਡੀ ਜਿਹੜੀ ਗੱਲਬਾਤ ਹੈ ਅਸੀਂ ਚੈਨਲ ਦੇ ਮਾਧਿਅਮ ਨਾਲ ਸੰਗਤ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼